ਬਚਪਨਾ ਯਾਰ ਹੁਣ ਵੀ ਕਈ ਦਫ਼ਾ ਦਿਲ ਕਰਦਾ ਵੀ ਯਾਰ ਇੱਕ ਦਫ਼ਾ ਜੇ ਦੇਖ ਆਈ ਆਪਣਾ ਪਿੰਡ ਉਹ ਜਿਹੜੇ ਮੇਰੇ ਮੁੰਡੇ ਪੜ੍ਹਦੇ ਸੀ ਸਿੱਖਾਂ ਦੇ ਹਿੰਦੂਆਂ ਦੇ ਉਹ ਅਜੇ ਵੀ ਮੈਨੂੰ ਨਾਂ ਯਾਦ ਨਹੀਂ ਆਉਂਦੇ ਅਤੇ ਮੇਰੇ ਨਾਲ ਸਾਹਮਣੇ ਹੁੰਦਾ ਸੀ ਇੱਕ ਮੁੰਡਾ ਬੰਸ ਉਹਦਾ ਪਿਓ ਬੰਸੀ ਰਾਮ ਸਤਿੰਦਰ ਪਾਲ ਬਲ ਬੰਸੀ ਰਾਮ ਇੱਕ ਹੋਰ ਹੁੰਦਾ ਸੀ ਨਾਲ ਉਹ ਸਾਧੂ ਰਾਮ ਬਲ ਨਾਥੀ ਉਹਨਾਂ ਦੀ ਦੁਕਾਨ ਸੀ ਬੜੀ ਉੱਥੇ ਬਹੁਤ ਬੜੀ ਸਾਡੇ ਪਿੰਡ ਦੇ ਵਿੱਚ ਕੱਪੜੇ ਦੀ ਦੁਕਾਨ ਸੀ ਲੈ ਜਾਣ ਚਲਾ ਜਾਵਾਂ ਮੈਂ ਆਪਣਾ ਘਰ ਲੱਭਣ ਕਿੱਥੇ ਆ ਮੈਨੂੰ ਪਤਾ ਜਿਹਦੇ ਨੇੜੇ ਜਾਣਾ ਸਾਡੇ ਸਾਡੇ ਮਰਬੇਬੰਦੀ ਹੋ ਕੇ ਹਟੀ ਸੀ ਹੁਣ ਥੋੜ੍ਹੀ ਦੇਰ ਪਹਿਲੇ ਉੱਠਣ ਤੋਂ ਪਹਿਲੇ ਅਤੇ ਉਹ ਫਿਰ ਨਹੀਂ ਹੁੰਦੀ ਸਾਡੇ ਨਾਲ ਅਗਰ ਭਾਗ ਪਰਸੀ ਉੱਥੇ ਉਹ ਜਾਂਦੀ ਉੱਧਰ ਅਤੇ ਨਾਲ ਮੈਂ ਦੂਏ ਪਾਸੇ ਅਜੇ ਵੀ ਮੈਂ ਨਾ ਜਿਹੜਾ ਜਿਲ੍ਹਾ ਜਾਵਾਂ ਅਤੇ ਮੈਂ ਆਪਣਾ ਘਰ ਲੱਭ ਲੂੰ ਤਕੀਏ ਦੇ ਵਿੱਚ ਰਹਿੰਦਾ ਜੀ ਬਹੁਤ ਬੜਾ ਤਕੀਆ ਸੀ ਮਹਾਜੀ ਦੇ ਨਾਲ ਪਿੱਪਲ ਦਾ ਦਰਖਤ ਸੀ ਬਹੁਤ ਬੜਾ ਪਾਣੀ ਨਲਕੇ ਪਾਣੀ ਬਿਹਤਰੀਨ ਉੱਥੇ ਦਾ ਪਾਣੀ ਤਾਂ ਜੀ ਉਹ ਹੁਣ ਦੱਸੀਏ ਤੁਹਾਨੂੰ ਕੀ ਉਹ ਹੁਣ ਵੀ ਕਹਿੰਦੇ ਨੇ ਬੰਦੇ ਵੀ ਉਹ ਪਾਣੀ ਅਤੇ ਆ ਕੇ ਉਹ ਬਰਾਬਰ ਸੀ ਇੰਨਾ ਪਾਣੀ ਅੱਛਾ ਸੀ ਉਹ ਸਾਡੇ ਮੈਨੂੰ ਤਾਂ ਯਾਦ ਆ ਸਾਰਾ ਹਾਂ ਹਾਂ ਡਿਬਿਡਾ ਖੂਹ ਸਾਡਾ ਡਿਬਿਡਾ ਖੂਹ ਸੀ ਡਿਬਿਡਾ ਖੂਹ ਉਹ ਹੁੰਦਾ ਅਰਜਨ ਅਰਜਨ ਦਾਸ ਅਰਜਨ ਦਾਸ ਉਹਦੀ ਚੱਕੀ ਸੀ ਲੱਗੀ ਦੋ ਉਹ ਉੱਥੇ ਲੋਕ ਬਹੁਤ ਪੀਂਦੇ ਕਰੇ ਬਲ ਕੇ ਤਾਂ ਔਰਤਾਂ ਕਰੇ ਉਹ ਨਾਂ ਦੇ ਪਿੰਡ ਦਾ ਸੀ ਉਹ ਚੱਕ ਸੀ ਸਾਡੇ ਨਾਲ ਬਰਵਾਲਾ ਸੀ ਸਾਡੇ ਉੱਥੇ ਵੀ ਸਿੱਖਾਂ ਦੇ ਮੁੰਡੇ ਪੜ੍ਹਦੇ ਸੀ ਗੁਰਦੇਵ ਸਿੰਘ ਜਸਵੰਤ ਸਿੰਘ ਅਤੇ ਮੇਰੇ ਪਿੰਡ ਦੇ ਬੱਚੇ ਨਾਲ ਮੁੰਡੇ ਉਹ ਮੇਰੇ ਨਾਲ ਪੜ੍ਹਦੇ ਸੀ ਉਹ ਸਤਿੰਦਰ ਬਾਲ ਉਹ ਮੇਰਾ ਕਲਾਸ ਫੈਲੋ ਸੀ ਸਾਧੂ ਰਾਮ ਮੇਰਾ ਕਲਾਸ ਫੈਲੋ ਸੀ ਅਤੇ ਇਹ ਸਾਡੇ ਪਿੰਡ ਮੇਰੇ ਛੁੱਟੀ ਕਹਿੰਦੀ ਅਸੀਂ ਤਾਂ ਸਾਡੇ ਬਾਪ ਦਾਦਾ ਪੜਦਾਦਾ ਸਾਰੇ ਕਹਿੰਦੀ ਪਤਾ ਨੀ ਕਦੋਂ ਰਹਿੰਦੇ ਤੂੰ ਕਹਿੰਦੀ ਐਵੇਂ ਲੱਗਾ ਉਹ ਕਹਿੰਦਾ ਚੱਲ ਫਿਰ ਨਹੀਂ ਮੰਨਦੀ ਨਾ ਮੰਨ ਕਹਿੰਦਾ ਜਾਣਾ ਤਾਂ ਪੈਣਾ ਘਰੋਂ ਚੱਲੇ ਆ ਤੇ ਸਿਰਫ ਜੇਵਰ ਚੱਕਿਆ ਬਸ ਹੋਰ ਕੋਈ ਸ਼ੈ ਨਹੀਂ ਚੱਕੀ ਸਭ ਖਾਉਂਦੇ ਪਰੇ ਪਰੇ ਘਰ ਛੱਡ ਗਿਆ ਸਿੱਖ ਦੇਖਦੇ ਸੀ ਅਸੀਂ ਸਾਹਮਣੇ ਉਹ ਕੁਟੀ ਸੀ ਸਾਡੇ ਸਾਹਮਣੇ ਕੁਟੀ ਪਿੰਡ ਰਾਈਆਂ ਬਰਵਾਲੇ ਦੇ ਨਾਲ ਇੱਧਰਲੇ ਪਾਸੇ ਉੱਥੇ ਉਹਨਾਂ ਦਾ ਰਹਿੰਦਾ ਹੁੰਦਾ ਸੀ ਉਹ ਆਪਣਾ ਸਾਧ ਉਹਨੂੰ ਕਹਿੰਦੇ ਹੁੰਦੇ ਸੀ ਉਹੀ ਸੁੰਦਰੀ ਸਿੰਘ ਮਿਲਿਆ ਜਨਾਬ ਸਿੱਖ ਸੀ ਮੇਰਾ ਅੱਬੇ ਦਾ ਬੜਾ ਦੋਸਤ ਸੀ ਉਹ ਅੱਗੇ ਮਿਲਿਆ ਅਤੇ ਉਹਨੇ ਪੁੱਛਿਆ ਨਾ ਮੇਰਾ ਕਹਿੰਦਾ ਕਿੱਧਰ ਬਾਈ ਸ਼ੇਰ ਮੁਹੰਮਦ ਮੇਰਾ ਅੱਬੇ ਸ਼ੇਰ ਮੁਹੰਮਦ ਸੀ ਕਹਿੰਦਾ ਲੈ ਆਖੇ ਅਸੀਂ ਹੁਣ ਚੱਲੇ ਹਾਂ ਯਾਰ ਕਹਿੰਦਾ ਜਾਣਾ ਕਿੱਥੇ ਕਹਿੰਦਾ ਆ ਦੇਖ ਸਾਹਮਣੇ ਕਹਿੰਦਾ ਸਿੱਖ ਸਿੱਖ ਹੀ ਸਿੱਖ ਬੈਠੇ ਉੱਥੇ ਤਲਵਾਰਾਂ ਲੈ ਕੇ ਪੈਂਦੇ ਥੋੜ੍ਹਾ ਨੰਗੀਆਂ ਹਾਂ ਤਾਂ ਕਹਿੰਦਾ ਤੁਹਾਨੂੰ ਲਿਆਉਂਦੇ ਨੇ ਜਥੇ ਲਿਆਉਂਦੇ ਅਸੀਂ ਇਹਨਾਂ ਦੀ ਇਹਨਾਂ ਦੀ ਤਰ੍ਹਾਂ ਦੀ ਖਿਦਮਤ ਕਰਦੇ ਅਸੀਂ ਕਹਿੰਦੇ ਨੇ ਇਹਨਾਂ ਨੇ ਸਾਨੂੰ ਤੁਹਾਨੂੰ ਹੁਣ ਅਸੀਂ ਜਾਣ ਦੇਣਾ ਵੱਢ ਦੇਣਾ ਕਹਿੰਦਾ ਕਹਿੰਦਾ ਨਾ ਯਾਰ ਇਹ ਕੰਮ ਨਾ ਕਰ ਆਪਾਂ ਤਾਂ ਰੋਟੀ ਇਕੱਠੀ ਖਾਂਦੇ ਰਹੇ ਹਾਂ ਉਹ ਕਹਿੰਦਾ ਛੱਡੋ ਪੁਰਾਣੀਆਂ ਗੱਲਾਂ ਨੇ ਕਹਿੰਦਾ ਸਭ ਤੋਂ ਪਹਿਲੇ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਕੀ ਹਾਲ ਚਾਲ ਠੀਕ ਹੈ ਜੀ ਅੱਲਾ ਦਾ ਸ਼ੁਕਰ ਹੈ ਕੀ ਨਾਂ ਆਪਣਾ ਜੀ ਮੁਹੰਮਦ ਅਮੀਨ ਸਾਹਿਬ ਤੁਹਾਡੇ ਅੱਬਾ ਜੀ ਦਾ ਕੀ ਨਾਂ ਸ਼ੇਰ ਮੁਹੰਮਦ ਜੀ ਸ਼ੇਰ ਮੁਹੰਮਦ ਅਤੇ ਆਪਣੀ ਬਰਾਦਰੀ ਕਿਹੜੀ ਜੱਟ ਜੱਟ ਸੋਹਤੇ ਜੱਟ ਅੱਛਾ ਗੋਲ ਤੁਹਾਡੀ ਸਬੋਤੇ ਸੋਹਤੇ ਅੱਛਾ ਅਤੇ ਤੁਸੀਂ ਇਸ ਵਕਤ ਕਿਹੜੇ ਪਿੰਡ ਰਹਿੰਦੇ ਹੋ ਪੱਟੀ ਜਗ 302 ਅੱਛਾ ਅਤੇ ਤੁਹਾਡੀ ਉਮਰ ਕਿੰਨੀ ਕੁ ਹੋ ਗਈ ਮੇਰੀ 35 ਦੀ ਪੈਦਾਇਸ਼ ਹੈ ਜੀ 1935 ਹਾਂ ਜੀ ਅੱਛਾ ਮਾਸ਼ਾ ਅੱਲਾਹ ਇਹਦਾ ਮਤਲਬ ਫਿਰ ਤਾਂ ਤੁਹਾਨੂੰ ਚੰਗਾ ਪਤਾ ਹੋਸ਼ ਹੋਣਾ ਹਾਂ ਚੰਗੀ ਤਰ੍ਹਾਂ ਪਤਾ ਮੈਨੂੰ ਅੱਛਾ ਹਿੰਦੁਸਤਾਨ 'ਚ ਆਪਣਾ ਪਿੰਡ ਕਿਹੜਾ ਸੀਗਾ ਹੀਰਾ ਜੀ ਹੀਰਾ ਹਾਂ ਜਿਹੜਾ ਲੁਧਿਆਣਾ ਤਹਿਸੀਲ ਸਮਰਾਲ ਠੀਕ ਹੈ ਇਸ ਹੀਰਾ ਪਿੰਡ ਦੇ ਆਂਢ ਗੁਆਂਢ ਕੋਈ 2-4 ਪਿੰਡਾਂ ਦੇ ਨਾਂ ਲਓ ਹਾਂ ਜੀ ਰਾਈਆਂ ਪਿੰਡ ਸੀ ਜੀ ਇੱਕ ਇਹਦੇ ਭਾਗ ਬੜਾ ਸੀ ਜੀ ਇੱਧਰਲੇ ਪਾਸੇ ਬਰਵਾਲਾ ਪੰਗਲੀਆਂ ਅਤੇ ਮਾਨਗੜ੍ਹ ਹਾਂ ਜੀ ਮਾਜਰਾ ਸਭ ਮੁਸਲਮਾਨ ਮੁਸਲਮਾਨਾਂ ਦਾ ਸੀ ਜੀ ਅਤੇ ਬਸ ਕੋਈ ਸਿੱਖ ਨਹੀਂ ਸੀ ਚੂੜ ਚਮਾਰ ਸੀ ਹਿੰਦੂ ਸੀ ਹਾਂ ਹਿੰਦੂ ਸਾਡਾ ਬਹੁਤ ਪੂਰਾ ਪਿੰਡ ਮੁਸਲਮਾਨਾਂ ਦਾ ਸੀ ਬਹੁਤ ਬੜਾ ਸੀ ਜੀ ਪਿੰਡ ਅੱਛਾ ਸਾਰਾ ਪਿੰਡ ਮੁਸਲਮਾਨ ਹਿੰਦੂ ਸੀ ਕੋਈ ਮੇਰਾ ਖਿਆਲ
10 12 ਘਰ ਹੋਣੇ ਆ ਬਸ ਬਾਕੀ ਜਮਾਰ ਜਮਾਰ ਲਈ ਉਹਨੂੰ ਕਹਿੰਦੇ ਹੁੰਦੇ ਸੀ ਜਮਾਰ ਤੇ ਜਿਹੜੇ ਤੁਹਾਡੇ ਪਿੰਡ ਸਕੂਲ ਸੀਗਾ ਹੀਰਾ ਹਾਂਜੀ ਹੀਰਾ ਸਕੂਲ ਸੀ ਦੋ ਪ੍ਰਾਇਮਰੀ ਸਕੂਲ ਪਿੰਡ ਦੇ ਵਿੱਚ ਸੀ ਅੱਛਾ ਤੇ ਜਿਹੜਾ ਮਿਡਲ ਸਕੂਲ ਸੀ ਉਹ ਅੰਗਰੇਜ਼ੀ ਨਹੀਂ ਸੀ ਹੁੰਦੀ ਲੋਅਰ ਉਹ ਬਾਹਰ ਬਾਹਰ ਸੀ ਮਿਡਲ ਸਕੂਲ ਸੀ ਅੱਛਾ ਉਹ ਆਉਂਦਾ ਉਸੇ ਪਿੰਡ ਦੀ ਹਦੂਦ ਵਿੱਚ ਸੀਗਾ ਲੇਕਿਨ ਪਿੰਡ ਤੋਂ ਬਾਹਰ ਕਰਕੇ ਸੀ ਬਾ ਉਹ ਪਿੰਡ ਤੋਂ ਬਾਹਰ ਸੀ ਥੋੜ੍ਹਾ ਜਿਹਾ ਠੀਕ ਹੈ ਸਾਡਾ ਪਿੰਡ ਵੀ ਉਹ ਵੀ ਹੋਈ ਅੱਛਾ ਤੇ ਹੀਰਾਂ ਦੇ ਵਿੱਚ ਜਿੱਥੇ ਆਪਣਾ ਘਰ ਸੀਗਾ ਹਾਂਜੀ ਤੁਹਾਨੂੰ ਯਾਦ ਆ ਹਾਂਜੀ ਬਿਲਕੁਲ ਪੱਕਾ ਯਾਦ ਆਉਂਦਾ ਕਦੀ ਹਾਂ ਮੈਂ ਕਹਿੰਦਾ ਪੁੱਛੋ ਹੀ ਕੀ ਯਾਦ ਬਹੁਤ ਯਾਦ ਆ ਕੀ ਯਾਦ ਉੱਥੇ ਤੁਹਾਨੂੰ ਪਤਾ ਬਚਪਨਾ ਯਾਰ ਹੁਣ ਵੀ ਕਈ ਦਫ਼ਾ ਦਿਲ ਕਰਦਾ ਵੀ ਯਾਰ ਇੱਕ ਦਫ਼ਾ ਜੇ ਦੇਖ ਆਈ ਆਪਣਾ ਪਿੰਡ ਉਹ ਜਿਹੜੇ ਮੇਰੇ ਨਾਲ ਮੁੰਡੇ ਪੜ੍ਹਦੇ ਸੀ ਸਿੱਖਾਂ ਦੇ ਹਿੰਦੂਆਂ ਦੇ ਹੋਰ ਅਜੇ ਵੀ ਮੈਨੂੰ ਨਾਂ ਯਾਦ ਨਹੀਂ ਉਹਨਾਂ ਦੇ ਅਤੇ ਮੇਰੇ ਨਾਲ ਸਾਹਮਣੇ ਹੁੰਦਾ ਸੀ ਇੱਕ ਮੁੰਡਾ ਬੰਸ ਉਹਦਾ ਪਿਓ ਬੰਸੀ ਰਾਮ ਸਤਿੰਦਰ ਪਾਲ ਬਾਦ ਬੰਸੀ ਰਾਮ ਇੱਕ ਹੋਰ ਹੁੰਦਾ ਸੀ ਨਾਲ ਉਹ ਸਾਧੂ ਰਾਮ ਬਲ ਨਾਥੀ ਉਹਨਾਂ ਦੀ ਦੁਕਾਨ ਸੀ ਬੜੀ ਉੱਥੇ ਬਹੁਤ ਬੜੀ ਸਾਡੇ ਪਿੰਡ ਦੇ ਵਿੱਚ ਕੱਪੜੇ ਦੀ ਦੁਕਾਨ ਸੀ ਮੈਨੂੰ ਜੇ ਉੱਥੇ ਲੈ ਜਾਣਾ ਚਲਾ ਜਾਵਾਂ ਮੈਂ ਆਪਣਾ ਘਰ ਲੱਭ ਲੂ ਕਿੱਥੇ ਆ ਮੈਨੂੰ ਪਤਾ ਜਿਹਦੇ ਨੇੜੇ ਜਾਣਾ ਸਾਡੇ ਸਾਡੇ ਰੱਬੇਬੰਦੀ ਹੋ ਕੇ ਹਟੀ ਸੀ ਹੁਣ ਥੋੜ੍ਹੀ ਦੇਰ ਪਹਿਲੇ ਉੱਠਣ ਤੋਂ ਪਹਿਲੇ ਅਤੇ ਉਹ ਫਿਰ ਨਹੀਂ ਹੁੰਦੀ ਸਾਡੇ ਨਾਲ ਅਗਰ ਭਾਗ ਪਰਸੀ ਉੱਥੇ ਉਹ ਜਾਂਦੀ ਉੱਧਰ ਅਤੇ ਨਾਲ ਜਨਾਬ ਮੈਂ ਦੂਏ ਪਾਸੇ ਉਹ ਅਜੇ ਵੀ ਮੈਂ ਨਾ ਜਲਾ ਜਾਵਾਂ ਅਤੇ ਮੈਂ ਆਪਣਾ ਘਰ ਲੱਭ ਲੂੰ ਆਹ ਮੇਰਾ ਘਰ ਆ ਜੇ ਹੋਏਗਾ ਜੇ ਨਹੀਂ ਹੋਏਗਾ ਫਿਰ ਪਤਾ ਹੀ ਨਹੀਂ ਪੱਕਾ ਬਣਿਆ ਸੀ ਪੱਕਾ ਬਣਿਆ ਸੀ ਕਿੰਨੇ ਕੁ ਕਮਰੇ ਹੋਣੇ ਮੇਰਾ ਖਿਆਲ ਹੋਣੇ ਉੱਥੇ ਜੀ ਜਿਹੜੇ ਉੱਥੇ ਮਤਲਬ ਕਰਦੇ ਸੀ ਨਾ ਘਰ ਬਣਾਉਂਦੇ ਸੀ ਬੜੇ ਬੜੀਆਂ ਲਟੈਣਾਂ ਹੁੰਦੀਆਂ ਸੀਗੀਆਂ ਉਹਦੇ ਵਿੱਚ ਘਰ ਬਹੁਤ ਬੜਾ ਹੁੰਦਾ ਸੀ ਅਤੇ ਨਾਲ ਉਹ ਪਹਿਲੇ ਸਾਡੇ ਉਹ ਬਰਾਂਡਾ ਹੁੰਦਾ ਸੀ ਬਰਾਂਡੇ ਦੇ ਵਿੱਚ ਅੱਗੇ ਫਿਰ ਘਰ ਪੱਕਾ ਫਿਰ ਉਹ ਬੜੇ ਫਿਰ ਦਲਾਨ ਹੁੰਦਾ ਸੀ ਬਹੁਤ ਬੜਾ ਦਲਾਨ ਹਾਂ ਅਤੇ ਲੱਭ ਲਾਂਗੇ ਇਨਸ਼ਾਅੱਲਾ ਮੈਂ ਨਹੀਂ ਦਰਖਤ ਕੋਈ ਨਹੀਂ ਉੱਥੇ ਦਰਖਤ ਹੁੰਦੇ ਜੀ ਘਰਾਂ ਦੇ ਵਿੱਚ ਛੋਟੀਆਂ ਛੋਟੀਆਂ ਗਲੀਆਂ ਹੁੰਦੀਆਂ ਜੀ ਪਿੰਡ ਦੀਆਂ ਛੋਟੀਆਂ ਦੋ ਬੰਦੇ ਮੁਸ਼ਕਲ ਨਾਲ ਲੱਭਦੇ ਲੰਘਦੇ ਹੁੰਦੇ ਸੀ ਹਾਂ ਕੋਠੇ ਚੜ੍ਹ ਦਿਓ ਇੱਕ ਦੂਜੇ ਦੇ ਟੱਪ ਜਾਓ ਇੱਕ ਦੂਜੇ ਦੇ ਨਾਲ ਕੋਠੇ ਇੰਨੀਆਂ ਗਲੀਆਂ ਛੋਟੀਆਂ ਹੁੰਦੀਆਂ ਪੱਕੀਆਂ ਹੁੰਦੀਆਂ ਸੀ ਗਲੀਆਂ ਹਾਂ ਨਹੀਂ ਕੱਚੇ ਮਕਾਨ ਜੀ ਪੱਕੇ ਵੀ ਸੀ ਵਿੱਚ ਕੱਚੇ ਵੀ ਸੀ ਨਹੀਂ ਗਲੀਆਂ ਕੱਚੀਆਂ ਸੀਗੀਆਂ ਹਾਂ ਗਲੀਆਂ ਕੱਚੀਆਂ ਅੱਛਾ ਮਸਜਿਦ ਵੀ ਹੋਣੀ ਫਿਰ ਤਾਂ ਮਸਜਿਦ ਵੀ ਸੀ ਪੱਕੀ ਬਣੀ ਸੀ ਮਸਜਿਦ ਮਸਜਿਦ ਪੱਕੀ ਸੀ ਇੱਕ ਗੁੰਬਦ ਵਾਲੀ ਸੀ ਜਾਂ ਗੁੰਬਦ ਵਾਲੀ ਸੀ ਮਸਾਂ ਵਰਗੀ ਉਹ ਮਸਜਿਦ ਹੋ ਜਾਂਦੀ ਤੇ ਕੋਈ ਤਕੀਆ ਵੀ ਸੀ ਤਕੀਆ ਨਾਲ ਤਕੀਆ ਹੁੰਦਾ ਸੀ ਨਾਲ ਉੱਥੇ ਜਿਹੜਾ ਮਤਲਬ ਫਕੀਰ ਹੁੰਦਾ ਸੀ ਇੱਕ ਰੱਖਿਆ ਉਹ ਜਨਾਬ ਉੱਥੇ ਧੂਣੀ ਲਾਉਂਦਾ ਹੁੰਦਾ ਸੀ ਪਾਲੀਆਂ ਲੋਕਾਂ ਨੇ ਜਾਣਾ ਨਾ ਹੜ ਲੈ ਕੇ ਅਤੇ ਉੱਥੋਂ ਜਨਾਬ ਚਿਲਮਾ ਚ ਅੱਗ ਪਾਉਣੀ ਉੱਥੋਂ ਅੱਗ ਪਾ ਲੈਣੀ ਉੱਥੇ ਉਹਨੂੰ ਦਾਣੇ ਦਿੰਦੇ ਹੁੰਦੇ ਸੀ ਹਾਂ ਫਕੀਰ ਨੂੰ ਫਕੀਰ ਪੱਕਾ ਉੱਥੇ ਰਹਿੰਦਾ ਸੀ ਤਕੀਏ ਦੇ ਵਿੱਚ ਰਹਿੰਦਾ ਸੀ ਬਹੁਤ ਬੜਾ ਤਕੀਆ ਸੀ ਮਹਾਜੀ ਦੇ ਨਾਲ ਪਿੱਪਲ ਦਾ ਦਰਖਤ ਸੀ ਬਹੁਤ ਬੜਾ ਉੱਥੇ ਪਾਣੀ ਪੀਣ ਦਾ ਕੀ ਬੰਦੋਬਸਤ ਸੀਗਾ ਪਾਣੀ ਨਲਕੇ ਪਾਣੀ ਬਿਹਤਰੀਨ ਉੱਥੇ ਦਾ ਪਾਣੀ ਤਾਂ ਜੀ ਉਹ ਹੁਣ ਦੱਸੀ ਤੁਹਾਨੂੰ ਕੀ ਉਹ ਹੁਣ ਵੀ ਕਹਿੰਦੇ ਨੇ ਬੰਦੇ ਵੀ ਉਹ ਪਾਣੀ ਅਤੇ ਆ ਘਿਓ ਬਰਾਬਰ ਸੀ ਇੰਨਾ ਪਾਣੀ ਅੱਛਾ ਸੀ ਉਹ ਸਾਡੇ ਮੈਨੂੰ ਤਾਂ ਯਾਦ ਆ ਸਾਰਾ ਕੁਝ ਜਦੋਂ ਬਾਰਿਸ਼ਾਂ ਆਉਂਦੀਆਂ ਹੁੰਦੀਆਂ ਸਨ ਅਤੇ ਪਾਣੀ ਉੱਪਰ ਆ ਜਾਂਦਾ ਸੀ ਤੁਸੀਂ ਯਕੀਨ ਕਰਿਓ ਔਰਤਾਂ ਪਾਣੀ ਲਿਆਉਂਦੀਆਂ ਸਨ ਘੜਿਆਂ 'ਚ ਪਾਣੀ ਹੁਣ ਤਾਂ ਹੋਇਆ ਹੀ ਨਹੀਂ ਉਹ ਹੁਣ ਤਾਂ ਗੱਲ ਹੋਰ ਆ ਉਹ ਘੜੇ ਮੋੜ ਨਾਲ ਪਾਣੀ ਆ ਲੱਗਦਾ ਸੀ ਜਦੋਂ ਇੰਨੀ ਬਾਰਿਸ਼ਾਂ ਆਉਂਦੀਆਂ ਸਨ ਉਹਨਾਂ ਨੇ ਉੱਥੋਂ ਘੜਾ ਭਰ ਕੇ ਲਿਆਉਣਾ ਘਰ ਅਤੇ ਬਜ਼ੁਰਗ ਆਪਣਾ ਕੀ ਕੰਮ ਕਰਦੇ ਸੀ ਜ਼ਿਮੀਂਦਾਰਾਂ ਦੀ ਜ਼ਮੀਨ ਸਾਰੀ ਹਾਂਜੀ ਆਪਣੀ ਜ਼ਮੀਨ ਕਿੰਨੀ ਜ਼ਮੀਨ ਸੀਗੀ ਬਜ਼ੁਰਗਾਂ ਸਾਡੀ ਸੀ ਜੀ 80 ਵਿਘੇ ਜ਼ਮੀਨ ਸੀ ਬਹੁਤ ਉੱਥੇ ਦੋ ਕਿਸਮ ਦੀ ਜ਼ਮੀਨ ਸੀ ਜੀ ਇੱਕ ਤਾਂ ਖੂਹ ਦੀ ਜ਼ਮੀਨ ਸੀ ਉਹ ਇੱਥੇ ਵੀ ਬਹੁਤ ਨੰਬਰਾਂ 'ਚ ਮਿਲੀ ਆ ਇੱਕ ਵੈਸੇ ਹਜੇ ਬਾਰਿਸ਼ ਨਾ ਹੁੰਦੀ ਸੀ ਮਾਰੂ ਜ਼ਮੀਨ ਜਿਹਨੂੰ ਕਹਿੰਦੇ ਸੀ ਇੱਕ ਟਿੱਬੀ ਹੁੰਦੀ ਟਿੱਬੀਆਂ ਉਹ ਰੇਤਲੀ ਜ਼ਮੀਨ ਉੱਥੇ ਮੂੰਗਫਲੀ ਬੀਜ ਜਾਂਦੀ ਸੀ ਤਿੰਨ ਕਿਸਮ ਦੀ ਸੀ ਅਤੇ ਜਿਹੜਾ ਤੁਹਾਡੇ ਮਤਲਬ ਖੂਹ ਵਾਲੀ ਜ਼ਮੀਨ ਸੀ ਹਾਂਜੀ ਜਿਵੇਂ ਇੱਥੇ ਖੂਹਾਂ ਦੇ ਨਾਂ ਰੱਖੇ ਹੋਏ ਆ ਉੱਥੇ ਵੀ ਖੂਹਾਂ ਦੇ ਨਾਂ ਰੱਖੇ ਹਾਂ ਡਿਬਿਡਾ ਖੂਹ ਤੁਹਾਡਾ ਖੂਹ ਕਿਹੜਾ ਸੀ ਸਾਡਾ ਡਿਬਿਡਾ ਖੂਹ ਸੀ ਡਿਬਿਡਾ ਖੂਹ ਅੱਛਾ ਨਾਂ ਰੱਖੇ ਹੁੰਦੇ ਖੂਹਾਂ ਦੇ ਤੁਹਾਡੇ ਘਰ ਤੋਂ ਖੂਹ ਕਿੰਨਾ ਕੁ ਦੂਰ ਸੀ ਸਾਡੇ ਘਰ ਤੋਂ ਹੋਵੇਗਾ ਜੀ ਉਹ ਮੇਰਾ ਖਿਆਲ
6-7 ਮਰਬੇ ਹੋ ਤੇ ਫਿਰ ਗੱਡਾ ਵੀ ਹੋਣਾ ਲਾਜ਼ਮੀ ਗੱਲ ਹੈ ਕਰ ਗੱਡਾ ਬਿਲਕੁਲ ਗੱਡੇ ਬਾਨੇ ਉੱਥੇ ਗੱਡੇ ਘੱਟ ਹੁੰਦੇ ਸੀ ਅੱਛਾ ਕਿਸੇ ਕਦੇ ਉਹ ਗੱਡੇ ਉੱਥੇ ਨਾ ਕਾ ਜਿਹੜੀ ਕਰਦੇ ਸੀ ਮਤਲਬ ਕਾ ਲਿਆਉਂਦੇ ਸੀ ਹਾੜੀ ਲਿਆਉਣੀ ਨਾ ਪਿੰਡਾਂ ਦੇ ਕੋਲ ਲਿਆ ਕੇ ਰੱਖ ਲੈਣੀ ਅੱਛਾ ਅਤੇ ਉੱਥੇ ਫਿਰ ਗਾਉਣੀ ਉੱਥੇ ਬੜਾ ਉੱਥੇ ਰਹਿਣਾ ਉੱਥੇ ਨਾਲ ਨਾਲ ਪਿੰਡਾਂ ਦੇ ਨਾਲ ਪੈਂਦੇ ਅਤੇ ਗੱਡੇ ਘੱਟ ਹੁੰਦੇ ਸੀ ਗਲੀਆਂ ਛੋਟੀਆਂ ਹੁੰਦੀਆਂ ਫਿਰ ਜਿਹੜੇ ਦਾਣੇ ਹੁੰਦੇ ਸੀ ਨਾ ਉਹ ਤੂੜੀ ਡੋਲੇ ਬਣੇ ਹੁੰਦੇ ਸੀ ਆਪਣੇ ਦੇ ਖੱਦਰ ਦੇ ਜਲਾਇਆਂ ਤੋਂ ਲੈਂਦੇ ਸੀ ਬੜੇ ਬਣੇ ਉਹਦੇ ਵਿੱਚ ਤੂੜੀ ਲਿਆਉਣੀ ਘਰ ਸਿਰਾਂ 'ਤੇ ਚੱਕ ਕੇ ਮੁੰਡਿਆਂ ਨੇ ਬੜੇ ਬੜੇ ਹੁਣ ਲੱਗ ਜਾਣਾ ਦਾਣੇ ਵੀ ਇੱਦਾਂ ਹੀ ਲਿਆਉਣੇ ਘਰ ਗੱਡਾ ਘਰ ਆ ਨਹੀਂ ਸਕਦੇ ਛੋਟੀਆਂ ਗਲੀਆਂ ਸੀ ਹਾਂਜੀ ਇਹ ਦੱਸੋ ਵੀ ਤੁਹਾਡੇ ਪਿੰਡ ਦੇ ਵਿੱਚ ਜਿਹੜੇ ਦੁਕਾਨਦਾਰ ਸੀਗੇ ਹਾਂਜੀ ਉਹ ਮੁਸਲਮਾਨ ਹੁੰਦੇ ਸੀਗੇ ਮੁਸਲਮਾਨ ਹੈ ਹਾਂ ਮੁਸਲਮਾਨ ਵੀ ਸੀ ਇੱਕ ਅਹਿਮਦੀਨ ਹੁੰਦਾ ਸੀ ਸਾਡੇ ਪਿੰਡ ਦੁਕਾਨਦਾਰ ਬੜੀ 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 ਦੁਕਾਨ ਸੀ ਅਤੇ ਇੱਕ ਅਸਮਾਈਲ ਹੁੰਦਾ ਸੀ ਉਹੀ ਉਹ ਵੀ ਮੌਜੂਦ ਬਾਕੀ ਹਿੰਦੂਆਂ ਦੀਆਂ ਬਹੁਤੀਆਂ ਸੀ ਹਿੰਦੂਆਂ ਕੋਲ ਹਾਂ ਉਹ ਕਰਦੇ ਸੀ ਕੱਪੜੇ ਦੀ ਦੁਕਾਨ ਕੱਪੜੇ ਦੀ ਦੁਕਾਨ ਹਾਂ ਕੱਪੜਾ ਬਹੁਤਾ ਮਿਲਦਾ ਸਾਡੇ ਪਿੰਡ ਬਹੁਤ ਆਲੇ ਦੁਆਲੇ ਦੇ ਪਿੰਡਾਂ ਦੀ ਦੁਕਾਨ ਜਿਹੜੇ ਪਿੰਡ ਸੀ ਨਾ ਆਲੇ ਦੁਆਲੇ ਸਾਡਾ ਪਿੰਡ ਬਹੁਤ ਬੜਾ ਸੀ ਉੱਥੋਂ ਲਿਜਾਂਦੇ ਹੁੰਦੇ ਸੌਦਾ ਖਰੀਦ ਕੇ ਜਿਵੇਂ ਸ਼ਹਿਰਾਂ 'ਚ ਨਹੀਂ ਲੋਕ ਜਾਂਦੇ ਇਸ ਤਰ੍ਹਾਂ ਜਾਂਦੇ ਠੀਕ ਹੋ ਗਿਆ ਬਾਕੀ ਕਿਰਾਣੇ ਦੀ ਦੁਕਾਨਾਂ ਵੀ ਕਰਦੇ ਹਾਂ ਜੀ ਕਿਰਾਣੇ ਦੀ ਦੁਕਾਨਾਂ ਬਹੁਤ ਸੀ ਅੱਛਾ ਪਿੰਡ ਦੇ ਵਿੱਚ ਤੁਹਾਡੇ ਉੱਥੇ ਫਸਲਾਂ ਕਿਹੜੀਆਂ ਕਿਹੜੀਆਂ ਹੁੰਦੀਆਂ ਸੀ ਸਾਡੇ ਫਸਲ ਬਹੁਤ ਹੁੰਦੀ ਸੀ ਆਹ ਹਰ ਫਸਲ ਮੂੰਗਫਲੀ ਬਹੁਤ ਜ਼ਿਆਦਾ ਸੀ ਮੂੰਗਫਲੀ ਬਹੁਤ ਲੋਕ ਬੀਜਦੇ ਸੀ ਅਤੇ ਫਸਲ ਹਰ ਕਿਸਮ ਦੀ ਫਸਲ ਤੁਹਾਡੇ ਪਿੰਡ ਦੇ ਵਿੱਚ ਖਰਾਸ ਲੱਗੇ ਸੀਗੇ ਨਹੀਂ ਚੱਕੀ ਹੁੰਦੀ ਸੀ ਸਾਡੀ ਉਹ ਹੁੰਦਾ ਅਰਜਨ ਦਾਸ ਉਹਦੀ ਚੱਕੀ ਸੀ ਲੱਗੀ ਉਹ ਉੱਥੇ ਲੋਕ ਬਹੁਤ ਪੀਂਦੇ ਘਰ ਬਲਕਿ ਤਾਂ ਔਰਤਾਂ ਘਰ ਹੀ ਪੀਂਦੀਆਂ ਸਨ ਆਪਣੀਆਂ ਚੱਕੀਆਂ ਘਰ ਜ਼ਿਆਦਾ ਔਰਤ ਹਾਂ ਅਤੇ ਬਾਕੀ ਜੇ ਬਹੁਤਾ ਵਿਹਾਣਾ ਹੋਵੇ ਤਾਂ ਫਿਰ ਚੱਕੀ 'ਤੇ ਲਿਜਾਣਾ ਅੱਛਾ ਫਿਰ ਚੱਕੀ 'ਤੇ ਠੀਕ ਆ ਸਰਵਣ ਸਿੰਘ ਸੀ ਕਿਹਦਾ ਨਾਂ ਉਹ ਨਾਲ ਦੇ ਪਿੰਡ ਦਾ ਸੀ ਉਹ ਚੱਕਰ ਸੀ ਸਾਡੇ ਨਾਲ ਬਰਵਾਲਾ ਸੀ ਸਾਡੇ ਉੱਥੇ ਵੀ ਸਿੱਖਾਂ ਦੇ ਮੁੰਡੇ ਪੜ੍ਹਦੇ ਸੀ ਗੁਰਦੇਵ ਸਿੰਘ ਜਸਵੰਤ ਸਿੰਘ ਅਤੇ ਮੇਰੇ ਪਿੰਡ ਦੇ ਬੱਚੇ ਨਾਲ ਮੁੰਡੇ ਉਹ ਮੇਰੇ ਨਾਲ ਪੜ੍ਹਦੇ ਸੀ ਉਹ ਸਤਿੰਦਰਵਾਲ ਉਹ ਮੇਰਾ ਕਲਾਸ ਫੈਲੋ ਸੀ ਸਾਧੂ ਰਾਮ ਮੇਰਾ ਕਲਾਸ ਫੈਲੋ ਸੀ ਅਤੇ ਇਹ ਸਾਡੇ ਪਿੰਡ ਬਣੇ ਅਤੇ ਜਿਹੜੇ ਤੁਹਾਡੇ ਉਸਤਾਦ ਸੀਗੇ ਹਾਂਜੀ ਉਹ ਮੁਸਲਮਾਨ ਵੀ ਸੀਗੇ ਹਾਂਜੀ ਹੈਡਮਾਸਟਰ ਜਿਹੜਾ ਸਾਡੇ ਪਿੰਡ ਦਾ ਸੀ ਉਹ ਅਬਦੁੱਲਾ ਸੀ ਅੱਛਾ ਉਹਦਾ ਨਾਮ ਅਬਦੁੱਲਾ ਸੀ ਉਹ ਆਂਡੂ ਹਲਵਾਰੇ ਦਾ ਸੀ ਜਗਰਾਮਾ ਜਾਂ ਆਂਡੂ ਹਲਵਾਰਾ ਪਿੰਡ ਸੀ ਉੱਥੇ ਦਾ ਸੀ ਅਤੇ ਸਿੱਖਾਂ ਦੇ ਪਿੰਡ ਸਿੱਖ ਵੀ ਸੀ ਕਿਆਨੀ ਮੈਂ ਜਦੋਂ ਮੈਂ ਦਾਖਲ ਹੋਇਆ ਨਾ ਉੱਥੇ ਛੋਟ ਪੰਜ ਸਾਲ ਦੇ ਬੱਚੇ ਨੂੰ ਦਾਖਲ ਕਰਾਉਂਦੇ ਸੀ ਉੱਥੇ ਅਤੇ ਮੈਨੂੰ ਲੈ ਗਿਆ ਮੈਨੂੰ ਯਾਦ ਆ ਮੇਰਾ ਚਾਚਾ ਲੈ ਗਿਆ ਸੀ ਮੈਨੂੰ ਜਦੋਂ ਪੰਜ ਸਾਲ ਦਾ ਬੱਚਾ ਹੋ ਜਾਂਦਾ ਸੀ ਉਹ ਦੱਸਦੇ ਹੀ ਜਾ ਕੇ ਪਟਵਾਰੀ ਨੂੰ ਪੁੱਛਿਆ ਪਟਵਾਰੀ ਦੱਸਦਾ ਵੀ ਤੁਹਾਡਾ ਬੇਟਾ 5 ਸਾਲ ਦਾ ਹੋਗਾ ਜਾਂ ਨਹੀਂ ਦਾਖਲ ਕਰਾਓ ਮੈਨੂੰ ਜਨਾਬ ਦਾਖਲ ਫਿਰ ਉਹ ਮੇਰੇ ਚਾਚੇ ਨੇ ਨਾ ਮੇਰਾ ਚਾਚਾ ਉਹੀ ਹੈ ਸੀ ਸਾਰਾ ਉਹ ਕਰਦਾ ਉਹਨੇ ਜਨਾਬ ਸ਼ੱਕਰ ਬੰਨੀ ਭਰਨੇ ਦੇ ਲੜ ਬਣ ਗਏ ਉਹ ਗਿਆਨੀ ਰਾਮ ਸੀ ਮਾਸਟਰ ਦਾ ਨਾ ਉਹਨੇ ਕਹੀ ਆ ਮਤਲਬ ਬੱਚਾ ਦਾਖਲ ਕਰਾਉਣਾ ਹਾਂਜੀ ਆ ਗਿਆ ਹਾਂਜੀ ਉਹਨੇ ਫਿਰ ਇਕੱਲੇ ਉਹ ਮਾਸਟਰ ਕੁਰਸੀ 'ਤੇ ਪੈਂਦਾ ਹੁੰਦਾ ਸੀ ਬੱਚੇ ਟਰਟਾਂ 'ਤੇ ਪੈਂਦੇ ਸੀ ਉਹ ਫਿਰ ਇਕੱਲੇ ਨੂੰ ਬੁਲਾ ਕੇ ਨਾ ਹੱਥ 'ਤੇ ਰੱਖ ਦੇਣੀ ਉਹਨੇ ਮੈਂ ਖਾ ਲੈਣੀ ਚਲੋ ਜੀ ਜਾਓ ਤੁਹਾਡਾ ਬੱਚਾ ਹੋ ਗਿਆ ਜੀ ਦਾਖਲ ਹੋ ਗਿਆ ਸਰਵਣ ਸਿੰਘ ਜੀ ਹੈਡਮਾਸਟਰ ਦਾ ਨਾਂ ਅਬਦੁੱਲਾ ਸੀ ਹੈਡਮਾਸਟਰ ਦਾ ਨਾਂ ਗੁੱਜਰ ਸੀ ਉਹ ਆਂਡੂ ਹਲਵਾਰੇ ਦਾ ਮੈਨੂੰ ਯਾਦ ਆ ਬੜਾ ਅੱਛਾ ਫਿਰ ਜਦੋਂ ਸਕੂਲ ਤੁਸੀਂ ਜਾਂਦੇ ਸੀਗੇ ਕੋਈ ਵਰਦੀ ਵੀ ਪਾ ਕੇ ਜਾਂਦੇ ਸੀਗੇ ਨਹੀਂ ਕੋਈ ਨਹੀਂ ਪੁੱਛਦਾ ਸੀ ਉੱਥੇ ਫਿਰ ਜਦੋਂ ਸਕੂਲ ਲੱਗਦਾ ਸੀਗਾ ਹਾਂ ਅਤੇ ਲਾਜ਼ਮੀ ਗੱਲ ਹੈ ਜਿਵੇਂ ਆਮ ਸਕੂਲ ਘੰਟੀ ਵੱਜਦੀ ਹੈ ਹਾਂ ਘੰਟੀ ਵੱਜਦੀ ਬੱਜ ਬਹੁਤ ਵੱਜਦੀ ਸੀ ਕਿੰਨਾ ਚਿਰ ਵਜਾਉਂਦੇ ਸੀ ਫਿਰ ਪਤਾ ਲੱਗ ਜਾਂਦਾ ਵੀ ਹੁਣ ਘੰਟੀ ਵੱਜ ਗਈ ਫਿਰ ਦੁਆਲੇ ਇਕੱਠੇ ਹੁੰਦੇ ਸੀ ਬੱਚੇ ਹਾਂਜੀ ਦੁਆਲੇ ਅਸੈਂਬਲੀ ਜਿਵੇਂ ਹਾਂ ਅਸੈਂਬਲੀ ਹੁੰਦੀ ਸੀ ਅਸੈਂਬਲੀ ਕੌਣ ਕਰਾਉਂਦਾ ਸੀਗਾ ਬੱਚੇ ਦੋ ਖੜੇ ਹੋ ਕੇ ਕਰਾਉਂਦੇ ਹੁੰਦੇ ਜੀ ਅੱਛਾ ਉਹਦੀ ਮੈਨੂੰ ਲਫ਼ਜ਼ ਵੀ ਯਾਦ ਨਹੀਂ ਆ ਜੀ ਦੱਸੋ ਕੀ ਉਹ ਪਰਿਵਾਰ ਦੇ ਉਹਨੇ ਨਾ ਜਦੋਂ ਸ਼ੁਰੂ ਕਰਦੇ ਸੀ ਉਹ ਪਰਿਵਾਰ ਦੇ ਗਾ ਰਹੇ ਉਹਦਾ ਲਫ਼ਜ਼ ਸੀ ਉਹ ਪੂਰਾ ਜਨਾਬ ਕਹਿ ਫਿਰ
ਉਹਨੇ ਫਿਰ ਆਪਣੀ ਆਪਣੀ ਕਲਾਸਾਂ 'ਚ ਮੁੰਡੇ ਚਲੇ ਜਾਂਦੇ ਨਹੀਂ ਉਹ ਜਿਹੜੀ ਦੁਆ ਪੜ੍ਹਦੇ ਹੁੰਦੇ ਸੀ ਪਰ ਵਾਰ ਤੇ ਗਾ ਰਿਹਾ ਮੈਂ ਹੁਣ ਪਰਵਾਨਾ ਤੇਰਾ ਉਹ ਖੁਦ ਕੀ ਸ਼ਮਾ ਤੂੰ ਹੈ ਮੈਂ ਹੂੰ ਪਰਵਾਨਾ ਤੇਰਾ ਸ਼ਾਨ ਏ ਇਲਾਹੀ ਤੇਰੀ ਦੁਨੀਆ ਪਿਛਾਈ ਤੇਰੀ ਦੋ ਜਗ ਕਾ ਮਾਲਕ ਤੂੰ ਹੈ ਤਾਜੇ ਸ਼ਾਨ ਨਾ ਤੇਰਾ ਇੱਦਾਂ ਦੇ ਲਫ਼ਜ਼ ਸੀ ਉਹਦੇ ਤੇ ਉਸ ਵੇਲੇ ਫਿਰ ਇਹ ਸਿੱਖ ਤੇ ਮੁਸਲਮਾਨ ਸਾਰੇ ਇਕੱਠੇ ਉਸ ਇਕੱਠੇ ਕੋਈ ਫਰਕ ਨਹੀਂ ਨਾ ਨਾ ਕਲਾਸਾਂ ਆਹ ਅੱਠਵੀਂ ਦੀ ਕਲਾਸ ਇੱਧਰਲੇ ਪਾਸੇ ਨਾ ਸੱਤਵੀਂ ਦੀ ਕਲਾਸ ਇੱਧਰ ਛੇਵੀਂ ਪੰਜਵੀਂ ਚੌਥੀ ਇੱਦਾਂ ਹੁੰਦੀਆਂ ਅਤੇ ਮਾਸਟਰ ਪੜ੍ਹਾਉਣ 'ਚ ਕਿੱਦਾਂ ਦੇ ਸੀਗੇ ਮਾਸਟਰ ਪੜ੍ਹਾਉਣ ਬੜੇ ਬੜੇ ਮਿਹਨਤੀ ਸੀ ਬੜਾ ਸਹੀ ਕੁੱਟਦੇ ਤਾਂ ਨਹੀਂ ਸੀਗੇ ਕੁੱਟਦੇ ਤਾਂ ਹੈ ਨਾ ਜੀ ਕੁੱਟਦੇ ਤਾਂ ਸਾਡੇ ਸਰਵਣ ਨਾਲ ਜਿਹੜਾ ਮਾਸਟਰ ਸੀ ਬੜਾ ਕੁੱਟਦਾ ਹੁੰਦਾ ਸੀ ਬੜਾ ਕੁੱਟਦਾ ਸੀ ਕੀ ਵਜ੍ਹਾ ਸੀ ਕੁੱਟਣ ਦੀ ਕੀ ਵਜ੍ਹਾ ਸੀ ਸਬਕ ਨਹੀਂ ਯਾਦ ਕੀਤਾ ਅੱਛਾ ਸਬਕ ਯਾਦ ਨਹੀਂ ਕਰਕੇ ਆਏ ਤੁਸੀਂ ਕੁੱਟਣਾ ਹੀ ਆ ਉਸਲੇ ਤੇ ਜੀ ਮਤਲਬ ਪੜ੍ਹਾਈ ਦਾ ਇੱਕ ਤਾਂ ਕੁੱਟ ਹੋ ਗਈ ਬੱਚਿਆਂ ਦਾ ਆਪਸੇ ਕਲਾਸਾਂ ਤਾਂ ਕਲਾਸਾਂ ਦਾ ਮੁਕਾਬਲਾ ਵੀ ਕਰਾਉਂਦੇ ਸੀ ਮੇਰੇ ਕੋਲ ਕਰਾਉਂਦੇ ਸੀ ਕੀ ਹੁੰਦਾ ਸੀ ਉਹ ਮੁਕਾਬਲੇ ਦੇ ਉਹ ਜੇ ਮੁਕਾਬਲੇ ਲਾਈਨ 'ਚ ਖੜੇ ਕਰ ਲੈਂਦੇ ਇੱਕ ਦੂਣੀ ਦੂਣੀ ਦੋ ਦੂਣੀ ਚਾਰ ਤਿੰਨ ਦੂਣੀ ਛੇ ਚਾਰ ਦੂਣੀ ਅੱਠ ਇੱਕ ਦੂਸਰੇ ਹਾਂਜੀ ਪਹਾੜੇ ਉਹ ਪਹਾੜ ਮੁਕਾਬਲੇ ਦੇ ਪਹਾੜੇ ਹਾਂ ਪਹਾੜੇ ਮੁਕਾਬਲੇ ਲਾਈਨ 'ਚ ਖੜੇ ਕਰਦੇ ਸੀ ਠੀਕ ਆ ਜਿਹਨੂੰ ਨਹੀਂ ਸੀ ਆਉਂਦਾ ਉਹ ਮਗਰੀ ਕਹਿਣਾ ਹੁੰਦਾ ਸੀ ਅੱਛਾ ਇਹ ਦੱਸੋ ਫਿਰ ਜਦੋਂ ਬੱਚੇ ਨੂੰ ਛੁੱਟੀ ਜਿਵੇਂ ਨਾਰਮਲ ਬੱਚੇ ਨੂੰ ਖਾਹਿਸ਼ ਹੁੰਦੀ ਹੈ ਹੁਣ ਛੁੱਟੀ ਹੋਣੀ ਅਸੀਂ ਘਰ ਨੂੰ ਜਾਣਾ ਉਹ ਛੁੱਟੀ ਹੋਣ ਦੇ ਟਾਈਮ ਦੇਖੋ ਘੜੀਆਂ ਤਾਂ ਹੁੰਦੀਆਂ ਨਹੀਂ ਸੀ ਨਾ ਯੂ ਨੋ ਪੱਕਾ ਸਕੂਲ ਬੜਾ ਸਾਡਾ ਜੀ ਪੱਕਾ ਬਿਹਤਰੀਨ ਕਮਰੇ ਫਸਟ ਕਲਾਸ ਅੱਛਾ ਫਿਰ ਜਿਵੇਂ ਮਾਵਾਂ ਬੱਚਿਆਂ ਨੂੰ ਖਾਣਾ ਦਿੰਦੀਆਂ ਤੋਰ ਕੇ ਫਿਰ ਸੁਭਾ ਬੱਚੇ ਨੇ ਇੰਨੇ ਦੂਰ ਜਾਣਾ ਪੜ੍ਹਨ ਲਈ ਜਾਣਾ ਅਤੇ ਨਾਲ ਖਾਣਾ ਵੀ ਭੇਜ ਤੁਹਾਨੂੰ ਤੁਹਾਡੀ ਅੰਮੀ ਖਾਣਾ ਨਹੀਂ ਸਾਨੂੰ ਸਾਡਾ ਸਕੂਲ ਨਜ਼ਦੀਕ ਸੀ ਜੀ ਮੇਰੀ ਮਾਂ ਨਾ ਜਾਂਦੀ ਹੁੰਦੀ ਸੀ ਉਹਦੇ ਰਿਵਾਜ਼ ਸੀ ਮੱਝਾਂ ਪਿੱਛੋਂ ਲਿਆਉਂਦੀਆਂ ਹੁੰਦੀਆਂ ਘਾਹ ਖੋਦ ਕੇ ਅੱਛਾ ਕਾਹੀ ਹੁੰਦੀ ਸੀ ਜ਼ਮੀਨ ਉਹ ਉਹਨੂੰ ਚਲੇ ਜਾਣਾ ਰੋਟੀ ਮੇਰੀ ਨਾ ਉਹਨਾਂ ਨੇ ਉਹ ਛਿੱਕਾ ਜਿਹਾ ਬਣਿਆ ਹੁੰਦਾ ਸੀ ਉੱਪਰ ਉਹਦੇ 'ਤੇ ਰੱਖ ਜਾਣੀ ਮੈਂ ਜਨਾਬ ਸਕੂਲ 'ਚ ਅੱਧੀ ਛੁੱਟੀ ਹੋਣੀ ਨਾ ਮੈਂ ਉੱਥੇ ਆਉਣਾ ਉਹ ਰੋਟੀ ਚੱਕਣੀ ਉੱਥੋਂ ਉਹ ਦਰਵਾਜ਼ਾ ਹੁੰਦੇ ਸਾਡੇ ਦਰਵਾਜ਼ਾ ਚੀਲ ਦੇ ਦਰਵਾਜ਼ੇ ਸੀ ਬੜੇ ਬੜੇ ਫਲ ਹੋਰ ਉਹ 'ਤੇ ਚੜ੍ਹਨਾ ਰੋਟੀ ਉੱਥੋਂ ਲਾਉਣੀ ਖਾ ਲੈਣੀ ਖਾ ਕੇ ਰੋਟੀ ਫਿਰ ਉੱਥੇ ਉਹੀ ਬਰਤਨ ਪੇੜ ਉਹਦੇ ਉੱਪਰ ਫਿਰ ਆ ਕੇ ਸਕੂਲ ਨੂੰ ਚਲੇ ਜਾਣਾ ਹਾਂ ਨਾਲੇ ਨਜ਼ਦੀਕ ਸੀ ਜੀ ਸੜਕ ਸੀ ਦਰਮਿਆਨ 'ਚ ਸੜਕ ਤੋਂ ਪਰੇ ਨਾਲ ਸਕੂਲ 'ਚ ਸਾਡੀ ਉਹਦੇ ਘਰ ਸੀ ਅੱਛਾ ਕੋਈ ਦਿਨ ਸਕੂਲ ਦੀ ਪੜ੍ਹਾਈ ਦਾ ਐਸਾ ਜਾਂ ਮਾਸਟਰ ਦਾ ਐਸਾ ਯਾਦ ਹੋਵੇ ਜਿਹੜੀ ਤੁਹਾਡੀ ਜ਼ਿੰਦਗੀ 'ਚ ਉਹਨੇ ਤਬਦੀਲੀ ਜਾਂ ਟਰਨਿੰਗ ਪੁਆਇੰਟ ਹੋਵੇ ਬੱਚੇ ਦਾ ਯਾਦ ਆਉਂਦੀ ਸਕੂਲ ਦਾ ਉਹ ਦਿਨ ਜਾਂ ਕੋਈ ਅਸੀਂ ਖਾਸ ਵਾਕਿਆ ਤੁਹਾਨੂੰ ਨਾ ਭੁੱਲਦਾ ਹੋਵੇ ਸਕੂਲ ਦਾ ਜੀ ਸਾਡੇ ਨਾਲ ਬੱਚੀਆਂ ਵੀ ਪੜ੍ਹਦੀਆਂ ਹੁੰਦੀਆਂ ਸੀ ਸਿੱਖਾਂ ਦੀਆਂ ਹਿੰਦੂਆਂ ਦੀਆਂ ਨਾਲ ਦੇ ਪਿੰਡ ਦੀਆਂ ਆਉਂਦੀਆਂ ਸੀ ਉਹਨੂੰ ਲਹਿਦਾ ਬਿਠਾਉਂਦੇ ਸੀ ਉਹ ਅੱਛਾ ਬਿਠਾਉਂਦੇ ਹਾਂ ਅਲੱਗ ਬਿਠਾਉਂਦੇ ਸੀ ਅਸੀਂ ਲਹਿਦਾ ਬਹਿੰਦੇ ਸੀ ਉਹ ਸਕੂਲ ਦੇ ਜਿਵੇਂ ਸਭ ਯਾਦ ਆ ਜੀ ਮੈਨੂੰ ਅੱਛਾ ਫਿਰ ਤੁਸੀਂ ਜਿਵੇਂ ਇੱਕ ਦੂਸਰੇ ਕੋਲ ਸ਼ੀਰੀ ਨਾਲ ਲੈ ਲੂ ਕੇ ਖਾ ਲੈਂਦੇ ਸੀ ਦੋਸਤ ਮਾਮੇ ਕੋਲ ਹਾਂ ਉਹ ਕੋਈ ਪਤਾ ਹੀ ਨਹੀਂ ਸੀ ਕਿਸੇ ਕੋਈ ਗੱਲ ਹੀ ਲੈਣ ਗੋਦਾਂ ਕਿਸੇ ਨੇ ਅੱਜ ਦੇਖਿਆ ਵੀ ਅੱਜ ਚੰਗੀ ਕਿਸੇ ਨੇ ਚੰਗੀ ਰੋਟੀ ਆ ਲੈ ਕੇ ਉਹਦੀ ਰੋਟੀ ਖੋ ਲੈਣੀ ਲੈ ਲੈਣੀ ਦੇ ਦਿੰਦੇ ਸੀ ਹੁਣ ਉਹ ਜਵਾਬ ਚੰਗੀ ਉਹ ਸਾਰਿਆਂ ਨੇ ਚੰਗਾ ਉਹਦੇ ਕਹਿਣਾ ਤੁਸੀਂ ਮੈਨੂੰ ਦੇ ਯਾਰ ਤੂੰ ਮੈਨੂੰ ਦੇ ਬਦਲ ਲੈਣਾ ਫਿਰ ਤੁਸੀਂ ਉਹ ਜਿਹੜੇ ਹਿੰਦੂ ਜਾਂ ਤੁਹਾਡੇ ਦੋਸਤ ਹੁੰਦੇ ਸੀਗੇ ਕਦੀ ਉਹਨਾਂ ਦੇ ਘਰ ਵੀ ਚਲੇ ਜਾਂਦੇ ਸੀਗੇ ਹਾਂ ਸਾਡੇ ਨਾਲ ਜੀ ਘਰ ਜੀ ਬਿਲਕੁਲ ਅਸੀਂ ਇਕੱਠੇ ਖੇਡਦੇ ਹੁੰਦੇ ਸੀ ਨਹੀਂ ਉਹ ਜਿਵੇਂ ਅਸੀਂ ਇਹ ਸੁਣਦੇ ਹਾਂ ਨਾ ਕਿ ਵੀ ਜਿਹੜਾ ਉਹਨਾਂ ਦਾ ਘਰ ਦਾ ਚੌਕਾ ਜਿਹਨੂੰ ਬੋਲਦੇ ਆ ਘਰ ਦੇ ਵਿੱਚ ਉਹਦੇ 'ਤੇ ਮੁਸਲਮਾਨ ਬੱਚੇ ਨੂੰ ਚੌਕੇ 'ਤੇ ਨਹੀਂ ਸੀ ਚੜ੍ਹਨ ਦਿੰਦੇ ਨਹੀਂ ਨਹੀਂ ਗੱਲਬਾਤ ਤਾਂ ਝੂਠ ਅਸੀਂ ਮੈਂ ਤੁਸੀਂ ਯਕੀਨ ਕਰਿਓ ਸਾਡੇ ਨਾਲ ਉਹ ਬੰਸੀ ਰਾਮ ਜਿਹੜਾ ਤੁਹਾਨੂੰ ਦੱਸਦਾ ਮੈਂ ਉਹਨਾਂ ਦਾ ਮੈਂ ਉਹਦੇ ਕੋਲ ਉਹਦੇ ਕੋਠੇ 'ਚ ਚੜ੍ਹ ਜਾਂਦਾ ਹੁੰਦਾ ਸੀ ਪਾਣੀ ਭਰਨ ਦਾ ਲਹਿਦਾ ਬੰਦੋਬਸਤ ਸੀ ਕਿੰਨੇ ਕੁ ਰੱਖਿਆ ਉਹਨਾਂ ਨੇ ਧਰਮਸ਼ਾਲਾ ਹੁੰਦਾ ਸਾਡੇ ਉੱਥੇ ਉਹ ਜਨਾਬ ਨਾਲ ਉਹ ਸਾਡੇ ਉਹ ਕਿਚਨ ਨਾਲ ਆਉਣਾ ਇਹ ਉਹ ਬਹੁਤ ਕਰਦੇ ਸੀ ਇਹ ਚੀਜ਼ ਦਾ ਬੜਾ ਹਾਂ ਲੁਧਿਆਣੇ ਤੋਂ ਸਮਰਾਲੇ ਸੜਕ ਜਾਂਦੀ ਸੀ ਨਾ ਉੱਥੇ ਹਿੰਦੂਆਂ ਦੀ ਲਾਲਿਆਂ ਦੀ ਮਠਿਆਈ ਬਣਾਉਂਦੇ ਹੁੰਦੇ ਸੀ ਉਹ ਉੱਥੇ ਆ ਕੇ ਟਾਂਗੇ ਵੀ ਖੜਨੇ ਉੱਥੇ ਬੱਸਾਂ ਦੋ ਹੀ ਹੁੰਦੀਆਂ ਸੀਗੀਆਂ
ਇੱਕ ਜਾਂਦੀ ਹੁੰਦੀ ਸੀ ਲੁਧਿਆਣੇ ਤੋਂ ਸਮਰਾਲੇ ਨੂੰ, ਇਕੱਲੀ ਸਮਰਾਲੇ ਤੋਂ ਲੁਧਿਆਣੇ ਨੂੰ ਜਾਂਦੀ ਹੁੰਦੀ ਸੀ ਸ਼ਾਮ ਨੂੰ ਕਹਿੰਦੇ। ਉਹ ਸੁੰਦਰੀ ਸਿੰਘ ਸੀ, ਮੈਨੂੰ ਯਾਦ ਆ ਜਿਹੜਾ ਉਹਦਾ ਡਰਾਈਵਰ ਸੀ, ਉਹ ਨਾ ਕੋਲਾ ਪਾਉਂਦੇ ਸੀ ਵਿੱਚ ਬੱਸ ਦੇ ਵਿੱਚ, ਹਾਂ ਕੋਲਾ ਪਾਉਂਦੇ ਉੱਥੋਂ ਬੱਸ ਸਾਡੇ ਪਿੰਡ 'ਤੇ ਖੜ੍ਹੀ ਕਰਕੇ, ਉਹ ਰਾਈਆਂ ਪਿੰਡ ਸੀ, ਉੱਥੇ ਜਾਂਦਾ ਹੁੰਦਾ ਸੀ ਉਹ ਸਾਡੇ ਪਿੰਡ ਹੀ ਖੜ੍ਹੀ ਰਹਿੰਦੀ ਸੀ। ਫਿਰ ਉਹ ਫਿਰ ਸੁਭਾਅ ਆ ਕੇ ਉਹਨੂੰ ਭਰ ਲੈਂਦਾ ਸੀ, ਫਿਰ ਲਿਜਾਂਦਾ ਸੀ ਟਾਂਗੇ ਦਾ ਹੈ ਸੀ, ਟਾਂਗੇ ਬਹੁਤ ਸੀ, ਲੋਕ ਟਾਂਗਿਆਂ 'ਚ ਸਫ਼ਰ ਕਰਦੇ ਸੀ, ਘੋੜੇ ਟਾਂਗੇ। ਉੱਥੇ ਰੇਡੀਓ ਸੀਗਾ ਇੱਕ, ਉਹ ਪਤਾ ਨਹੀਂ ਕੌਣ ਲਿਆਇਆ ਮੈਨੂੰ ਯਾਦ ਨਹੀਂ, ਬੜਾ ਉੱਚੀ ਕਰਕੇ ਉਹਨੇ ਲਾਇਆ ਉਹ ਲਾੜੇ ਦੁਕਾਨ 'ਚ ਸੜਕ ਦੇ ਉੱਤੇ। ਅਖਬਾਰ ਵੀ ਆਉਂਦੀ ਸੀ ਤੁਹਾਡੇ ਪਿੰਡ? ਹਾਂ ਅਖਬਾਰ ਆਉਣੀ, ਜ਼ਿਮੀਦਾਰ ਅਖਬਾਰ ਆਉਂਦਾ ਹੁੰਦਾ ਜੀ। ਤੁਹਾਡੇ ਦੌਰ 'ਚ ਕੋਈ ਉਸ ਵਕਤ ਉੱਥੇ ਕੋਈ ਸਿਆਸੀ ਲੀਡਰ ਤਕਰੀਰ ਕਰਨ ਆਇਆ ਹੋਵੇ ਤੁਹਾਡੇ ਪਿੰਡ ਦੇ ਵਿੱਚ? ਨਹੀਂ ਸਾਡੇ ਤਕਰੀਰ ਉਹੀ ਜੀ, ਉਹੀ ਕਰਦਾ ਜਿਹੜਾ ਤੁਹਾਨੂੰ ਦੱਸਿਆ ਮੈਂ, ਉਹ ਕਰਦਾ ਹੁੰਦਾ ਸੀ। ਉਹਨੇ ਆਪ ਗੱਲ ਜਾਗੋ ਆਈ ਹੈ, ਆਜ਼ਾਦੀ ਲੈ ਗਿਆ, ਗੁਲਾਮੀ ਗੁਆਈ ਹੈ, ਉਹ ਬੜਾ ਰੌਲਾ ਪਾਉਂਦਾ ਹੁੰਦਾ ਸੀ। ਉਹਦਾ ਨਾਂ ਮੈਨੂੰ ਯਾਦ ਨਹੀਂ ਹੁਣ। ਅਤੇ ਤੁਹਾਡੇ ਬਜ਼ੁਰਗ ਜਿਹੜੇ ਆ, ਹਾਂਜੀ, ਉਸ ਵਕਤ ਉਹ ਨਿੱਕੇ ਪਾਕਿਸਤਾਨ ਦੇ ਬਾਰੇ ਜਦੋਂ ਸੁਣਦੇ ਸੀਗੇ ਵੀ ਉਹ ਕੀ ਕਹਿੰਦੇ ਹੁੰਦੇ ਸੀਗੇ ਪਾਕਿਸਤਾਨ ਦੇ ਬਾਰੇ ਜੀ? ਉਹ ਤੁਹਾਨੂੰ ਦੱਸਿਆ ਨਾ ਵੀ ਉਹ, ਉਹਨੇ ਆ ਕੇ ਦੱਸਿਆ ਮੇਰੀ ਦਾਦੀ ਨੂੰ, ਬੰਸੀ ਰਾਮ ਨੇ, ਕਹਿੰਦਾ ਬੱਬੂ ਬਣ ਗਿਆ ਪਾਕਿਸਤਾਨ, ਅੱਜ ਐਲਾਨ ਹੋ ਗਿਆ ਅਤੇ ਹੁਣ ਤੁਸੀਂ ਚਲੇ ਜਾਣਾ ਸਾਡੇ ਕੋਲ ਭਾਵੇਂ। ਉਹ ਕਹਿੰਦੀ ਚੱਲ ਵੀ ਚੱਲ ਕੰਮ ਕਰ ਗਏ ਜੀ, ਕਹਿੰਦੀ ਅਸੀਂ ਤਾਂ ਸਾਡੇ ਬਾਪ ਦਾਦਾ ਪੜਦਾਦਾ ਸਾਰੇ ਕਹਿੰਦੇ ਪਤਾ ਨਹੀਂ ਕਦੋਂ ਰਹਿੰਦੇ, ਤੂੰ ਕਹਿੰਦੀ ਐਵੇਂ ਲੱਗਾ। ਉਹ ਕਹਿੰਦਾ ਚੱਲ ਫਿਰ ਨਹੀਂ ਮੰਨਦੀ, ਨਾ ਮੰਨ ਕਹਿੰਦਾ ਜਾਣਾ ਤਾਂ ਪੈਣਾ। ਕੀ ਨਾਂ ਸੀ ਆਪਣੀ ਦਾਦੀ ਦਾ? ਸਾਹੋ ਜੀ। ਅਤੇ ਚਾਚੇ ਤਾਂ ਆਪਣੇ ਕਿੰਨੇ ਸੀ? ਮੇਰੇ ਵਾਲਦ ਚਾਰ ਭਾਈ ਸੀ। ਮੇਰੇ ਅੰਬੇ ਦਾ ਨਾਂ ਸ਼ੇਰ ਮੁਹੰਮਦ, ਮੇਰੇ ਤੁਸੀਂ ਉਹਦਾ ਲਵਾਲਦ ਸੀ ਵੀ ਉਹ, ਉਹਦੇ ਔਲਾਦ ਨਹੀਂ ਸੀ ਉਹ, ਦੀਨ ਮੁਹੰਮਦ ਅਤੇ ਇੱਕ ਨੂਰ ਮੁਹੰਮਦ, ਉਹ ਇੰਗਲੈਂਡ ਚਲੇ ਗਏ ਸੀ, ਪਹਿਲੇ ਕੀਨੀਆ ਗਏ ਸੀ, ਈਸਟ ਅਫਰੀਕਾ ਨਰੋਬੀ ਦਾ ਦਾਰੋਗੜਾਬਾ ਸੀ, ਉੱਥੋਂ ਫਿਰ ਉਹ ਲੰਡਨ ਚਲੇ ਗਏ ਸੀ, ਹੁਣ ਵੀ ਲੰਡਨ ਹੀ ਨਹੀਂ, ਉਹ ਬਣ ਗਿਆ ਚਰਚਾ ਦੇ ਭਾਈ ਬਣ ਗਿਆ। ਪਹਿਲੇ ਦੀ ਗੱਲ ਹੈ, ਬਹੁਤ ਪੁਰਾਣੀ ਗੱਲ ਹੈ। ਫੁੱਫੀ ਕੋਈ ਨਹੀਂ ਸੀ ਜੀ, ਉਹਨਾਂ ਦੀ ਕੋਈ ਨਹੀਂ ਸੀ। ਅੱਛਾ, ਅਤੇ ਤੁਹਾਡੀ ਅੰਮੀ ਦਾ ਕੀ ਨਾਂ? ਜੀਨਾ ਜੀ। ਤੁਸੀਂ ਕਿੰਨੇ ਭੈਣ ਭਾਈ ਸੀ ਜਦੋਂ ਵੰਡ ਹੋਈ ਹੈ? ਜਿਸ ਵਕਤ ਅਸੀਂ ਜਦੋਂ ਵੰਡ ਹੋਈ ਹੈ ਜੀ, ਚਾਰ ਤੁਹਾਨੂੰ ਦੱਸਿਆ ਵੀ ਚਾਰ ਸੀ, ਚਾਰ ਭਾਈ ਸੀ, ਦੋ ਅਫਰੀਕਾ ਸੀ, ਦੋ ਇੱਥੇ ਸੀ। ਉਹ ਤੁਹਾਡੇ ਭਾਈ ਸੀਗੇ? ਚਾਚੇ ਮੇਰੇ ਭਾਈ ਜਿਹੜੇ ਉਹ, ਅਸੀਂ ਦੋ ਹੀ ਭਾਈ ਸੀ, ਇੱਕ ਭੈਣ ਸੀ ਸਾਡੀ, ਹੁਣ ਵੀ ਮੇਰਾ ਭਾਈ ਇੰਗਲੈਂਡ 'ਚ, ਮੈਂ ਇੱਥੇ। ਕੀ ਨਾਂ ਉਹਦਾ? ਜਮੀਲ। ਤੁਹਾਨੂੰ ਬੜਾ? ਮੇਰੇ ਤੋਂ ਛੋਟਾ ਜੀ, 5 ਸਾਲ। ਅੱਛਾ, ਅਤੇ ਭੈਣ? ਭੈਣ ਮੇਰੀ ਮੇਰੇ ਤੋਂ 5 ਸਾਲ ਬੜੀ ਸੀ। ਅੱਛਾ, ਉਹ ਬਹੁਤ ਹੋ ਗਈ ਜੀ। ਅੱਛਾ, ਅਤੇ ਤੁਹਾਡੇ ਨਾਨਕੇ ਕਿੱਥੇ ਰਹਿੰਦੇ ਸੀ? ਮਾਛੋਵਾੜਾ ਜੀ। ਮਾਛੋਵਾੜਾ, ਹਾਂ ਮਾਛੋਵਾੜਾ, ਬਹੁਤ ਪੁਰਾਣਾ ਸ਼ਹਿਰ ਸੀ ਉਹ ਮਾਛੋਵਾੜਾ, ਮੈਂ ਸੁਣਿਆ ਉੱਥੇ ਅਸੀਂ ਜਾਂਦੇ ਰਹੇ ਹਾਂ ਕਿ ਉੱਥੇ ਜਿਨ੍ਹਾਂ ਨੇ ਮਸਜਿਦ ਬਣਾਈ ਸੀ ਜੀ, ਬੜੀ ਮਾਛੋਵਾੜਾ ਬੜਾ ਮਸ਼ਹੂਰ ਹੈ, ਹੁਣ ਤਾਂ ਬਹੁਤ ਕਹਿੰਦੇ ਤਹਿਸੀਲ ਬਣ ਗਈ ਉਹ, ਸਮਰਾਲੇ ਤੋਂ ਮਾਛੋਵਾੜੇ ਨੂੰ ਸੜਕ ਜਾਂਦੀ ਸੀ। ਮਾਛੋਵਾੜਾ, ਹਾਂਜੀ ਮਾਛੋਵਾੜਾ ਦੇ ਪਿੰਡ ਮੇਰੇ ਨਾਨਕੇ ਜੀ, ਮੈਂ ਬਹੁਤ ਰਹਿੰਦਾ ਸੀ ਜੀ ਉੱਥੇ, ਉਹਨਾਂ ਦਾ ਬਾਗ ਸੀ, ਉਹ ਬੇੜ ਦਾ ਇਲਾਕਾ ਸੀ ਜੀ, ਉਹ ਬੇੜ ਦਾ ਇਲਾਕਾ ਸੀ ਅਤੇ ਉਹ ਉਹਨਾਂ ਦਾ ਬਾਗ ਸੀ ਪੂਰੇ ਇੱਕ ਮਰਬੇ ਅੰਬਾਂ ਦਾ ਅਤੇ ਜਾਮਣਾਂ ਦਾ। ਆਹ ਅੰਬ ਨਹੀਂ ਸੀ ਹੁੰਦੇ ਅੱਜ ਕੱਲ੍ਹ ਜਿਹੜੇ ਬਹੁਤ ਚੱਲੇ ਨੇ, ਉਹ ਜਾਂ ਉਹ ਦੇਸੀ ਅੰਬ ਹੁੰਦੇ ਸੀ ਬੜਾ, ਜਾਮਣਾਂ ਬੜੀਆਂ ਮੋਟੀਆਂ, ਮੈਨੂੰ ਉਹ ਵੀ ਦੇਖੀਆਂ ਜੀ। ਮਾਛੋੜੇ ਬੜਾ ਰਹਿੰਦੇ ਸੀ, ਮੇਰੀ ਮਾਂ ਮਾਛੋੜੇ ਦੀ ਸੀ ਨਾ, ਉਹਦੇ ਨਾਨਕੇ ਪੋਸ ਸੀ ਨਾਲ ਪਿੰਡ, ਉਹਦੇ ਨਾਨਕੇ ਮੇਰੀ ਮਾਂ ਦੇ ਨਾਲ, ਹੁਣ ਉਹ ਬੰਬਾਂ 'ਚ ਬੈਠੇ ਨੇ, ਮਾਛੋੜੇ ਦਾ ਪੋਸ ਦੇ ਬਹੁਤ ਲੋਕ, ਉਹ ਹੈ ਹੀ ਉਸ ਪਿੰਡ ਦੇ ਬੰਬਾ, ਮੋਟੀ ਕੱਕਰ ਦਾ ਰਾਡਾ, ਆਹ ਸਮੁੰਦਰੀ ਤੋਂ ਅੱਗੇ ਜਾਣਾ ਖਿਦਰਾ ਉੱਪਰ, ਹਾਂ ਹਾਂ ਬੰਬਾ ਬਿਲਕੁਲ, 400 ਬੀਜਾ ਬੰਬਾ ਬਰਾਬਰ, ਉਹ ਉੱਥੇ ਬੈਠੇ ਨੇ ਮੇਰੇ ਨਾਨਕੇ ਨਾਲ, ਮੇਰੀ ਮਾਂ ਦੇ ਨਾਨਕੇ ਪੌਜ਼ੀ ਉਹ ਵੀ ਉੱਥੇ ਬੈਠੇ ਆ। ਅੱਛਾ, ਕੀ ਆਪਣੇ ਨਾਨੇ ਦਾ ਕੀ ਨਾਂ ਸੀ? ਉਹਦਾ ਮਾਮੇ ਨਾਲ ਹੈ, ਇੱਕ ਮਾਮਾ ਹੈਗਾ ਮੇਰਾ, ਬਾਕੀ ਮਰ ਗਿਆ, ਇੱਕ ਨਾਂ ਯੂਸਫ ਸੀ, ਇੱਕ ਦਾ ਨਾਂ ਸਮੈ ਅਸਮਾਇਲ ਸੀ, ਅਤੇ ਅਲੀ ਮਮਲ ਹੈਗਾ ਅਜੇ ਵੀ, ਇੱਕ ਦਿਨ ਮੈਂ ਟੈਲੀਫੋਨ ਕੀਤਾ ਸੀ ਉਹਨੇ, ਉਹ ਹੈਗੀ। ਅਤੇ ਮਾਸੀਆਂ ਆਪਣੀ? ਮਾਸੀਆਂ ਮੇਰੀਆਂ, ਸਕੀ ਮਾਸੀ ਕੋਈ ਨਹੀਂ ਸੀ ਜੀ, ਮੇਰੀ ਮਾਂ ਦੀਆਂ ਚਾਚੇ ਦਿੱਤੀਆਂ ਸੀ। ਅੱਛਾ, ਫਿਰ ਇਹ ਦੱਸੋ ਕਿ ਬਈ ਜਦੋਂ ਉਹ ਦਿਨ ਹੁਣ ਯਾਦ ਕਰਕੇ ਦੱਸੋ ਜਿਸ ਦਿਨ ਤੁਹਾਨੂੰ ਘਰ ਛੱਡਣਾ ਪਿਆ, ਹਾਂ ਉਹ ਵਾਕਿਆ ਸਾਨੂੰ ਤਫਸੀਲ ਨਾਲ ਸੁਣਾ ਵੀ ਕੀ ਉਸ ਵਕਤ ਦਾ ਵੇਲਾ
ਅਸੀਂ ਘਰੋਂ ਨਿਕਲੇ ਹਾਂ ਨਾ ਜਿਸ ਵਕਤ ਮੈਨੂੰ ਯਾਦ ਆ ਸੀ ਨਾ ਕੋਈ ਚੀਜ਼ ਨਹੀਂ ਚੱਕੀ ਬਿਲਕੁਲ ਖਾਲੀ ਬਿਲਕੁਲ ਅਤੇ ਮੈਂ ਨਾ ਉਹ ਸਾਡੀ ਸੀ ਯਾਰ ਸੀ ਮੇਰੀ ਭੈਣ ਸੀ ਨਾਲ ਮੇਰੀ ਮਾਂ ਸੀ ਮੇਰੀ ਚਾਚੀ ਸੀ ਅਸੀਂ ਸਾਰੇ ਮੇਰਾ ਇੱਕ ਛੋਟਾ ਭਾਈ ਹੋਣਾ ਅਸੀਂ ਜੋ ਘਰੋਂ ਚੱਲੇ ਹਾਂ ਅਤੇ ਸਿਰਫ ਜੇਵਰ ਚੱਕਿਆ ਬਸ ਹੋਰ ਕੋਈ ਸ਼ੈ ਨਹੀਂ ਚੱਕੀ ਸਭ ਖਾਉਂਦੇ ਛੱਪ ਪਰੇ ਪਰੇ ਘਰ ਛੱਡ ਗਿਆ ਰੌਲਾ ਪੈ ਗਿਆ ਸੀ ਜੀ ਬੜਾ ਅਤੇ ਰੌਲਾ ਪੈ ਗਿਆ ਨਾਲ ਉਹਨਾਂ ਨੇ ਜਥੇ ਮੰਗਾਏ ਸਿੱਖ ਦੇਖਦੇ ਸੀ ਅਸੀਂ ਸਾਹਮਣੇ ਉਹ ਕੁਟੀ ਸੀ ਸਾਡੇ ਸਾਹਮਣੇ ਕੁਟੀ ਪਿੰਡ ਰਾਈਆਂ ਬਰਵਾਲੇ ਦੇ ਨਾਲ ਇੱਧਰਲੇ ਪਾਸੇ ਉੱਥੇ ਉਹਨਾਂ ਦਾ ਰਹਿੰਦਾ ਹੁੰਦਾ ਸੀ ਉਹ ਆਪਣਾ ਸਾਧ ਉਹਨੂੰ ਕਹਿੰਦੇ ਹੁੰਦੇ ਸੀ ਉੱਥੇ ਉਹਨਾਂ ਨੇ ਇਕੱਠ ਕੀਤਾ ਬੇੜ ਨੂੰ ਹੁਣ ਮਾਰਨਾ ਸੀ ਅਸੀਂ ਦੇਖ ਰਹੇ ਲੋਕ ਕੋਠਿਆਂ 'ਤੇ ਚੜ੍ਹ ਕੇ ਦੇਖ ਰਹੇ ਸੀ ਦੂਰਬੀਨਾਂ ਨਾਲ ਲੋਕ ਦੇਖ ਰਹੇ ਸੀ ਵੀ ਕਿ ਉਹ ਤਲਵਾਰਾਂ ਕੋਲ ਉਹਨਾਂ ਦੇ ਉਹਨਾਂ ਨੇ ਜਾਂ ਉਹਨਾਂ ਨੇ ਸਾਡੇ ਪਿੰਡ ਹਮਲਾ ਕਰਨਾ ਸੀ ਲੇਕਿਨ ਨਹੀਂ ਕੀਤਾ ਉਹ ਕਹਿੰਦੇ ਸਾਡੇ ਪਿੰਡ ਦੇ ਲੋਕ ਜਿਹੜੀ ਫੌਜ 'ਚ ਬਹੁਤ ਸੀ ਅਤੇ ਅਫਰੀਕਾ 'ਚ ਬੜੇ ਸੀ ਉਹਨਾਂ ਕਿਹਾ ਇਹਨਾਂ ਕੋਲ ਹੌਸਲਾ ਹਾਲਾਂਕਿ ਹੈ ਨਹੀਂ ਸੀ ਉਹ ਜਿਹੜਾ ਉਹਨੇ ਮਾਨਗੜ੍ਹ ਪਿੰਡ ਦੇ ਨਾਲ ਉਹਨੇ ਹਮਲਾ ਕੀਤਾ ਬਹੁਤ ਜ਼ਬਰਦਸਤ ਹਮਲਾ ਕੀਤਾ ਪਰ ਸਾਨੂੰ ਟਾਈਮ ਮਿਲ ਗਿਆ ਅਸੀਂ ਹੁਣ ਕਿ ਚੱਲੀਏ ਬਈ ਉਹ ਕੱਢੇ ਹੁਣ ਪਤਾ ਤਾਂ ਲੱਗ ਗਿਆ ਹੁਣ ਉਹ ਮੇਰਾ ਅੱਬਾ ਮੈਂ ਅਸੀਂ ਸਾਰੇ ਉਹ ਮੇਰਾ ਅੱਬਾ ਕਹਿੰਦਾ ਯਾਰ ਚੱਲੇ ਤਾਂ ਹੁਣ ਆਪਾਂ ਹੈਗੇ ਹਾਂ ਅਤੇ ਆਹ ਡੰਗਰ ਯਾਰ ਹਵੇਲੀ ਬੰਨੇ ਨੇ ਮੱਝਾਂ ਸੀ ਦੋ ਬਹੁਤ ਸੀ ਹੋਰ ਗਾਈਆਂ ਉਹਨੇ ਕਿਹਾ ਮੈਂ ਯਾਰ ਰੱਸੇ ਖੋਲ ਆਵਾਂ ਉਹਨਾਂ ਦੀ ਸਾਨੂੰ ਉਹਦੇ ਖੜ੍ਹਾ ਕਰ ਰਿਹਾ ਰੱਸੇ ਖੋਲਣ ਚਲਾ ਗਿਆ ਉਹਨੇ ਰੱਸੇ ਖੋਲਦੇ ਆਖਰੀ ਜਦੋਂ ਖੋਲਦਾ ਸੀ ਨਾ ਮੇਰਾ ਅੱਬਾ ਸਿੱਖ ਆ ਗਿਆ ਉਹ ਜਿਹੜਾ ਕੰਧੇ ਟੱਪੇ ਨਾ ਜਿਸ ਵਕਤ ਮੇਰਾ ਅੱਬਾ ਨੱਠ ਰਿਹਾ ਉਹਨੇ ਸਾਡੇ ਹਵੇਲੀ ਦੇ ਫਾਟਕੀ ਬਹੁਤ ਬੜੇ ਸੀ ਉਹਨਾਂ ਨੇ ਜਨਾਬ ਦਰਵਾਜ਼ਾ ਬੰਦ ਕਰ ਲਿਆ ਉਹਨਾਂ ਨੇ ਵਿੱਚੋਂ ਮਾਰੋ ਕੁੰਡਾ ਲੱਗ ਗਿਆ ਸੀ ਨਹੀਂ ਤਾਂ ਮਾਰ ਦੇਣਾ ਸੀ ਉੱਥੇ ਸਾਨੂੰ ਕਹਿੰਦਾ ਚਲੋ ਬਈ ਅਸੀਂ ਉੱਥੇ ਆਪਣੀ ਮਾਂ ਨੂੰ ਉਹ ਚੱਕ ਪਿੱਛੇ ਚੱਕ ਕੇ ਲਿਆ ਫਿਰ ਅਸੀਂ ਉੱਥੇ ਚੱਲੇ ਜਿਸ ਵਕਤ ਅਸੀਂ ਪਿੰਡ ਸਾਡਾ ਸਾਰਾ ਨਿਕਲ ਗਿਆ ਬਾਹਰ ਜਿਸ ਖੁੱਲ੍ਹੀ ਜਗ੍ਹਾ ਗਏ ਬੜੇ ਉੱਥੇ ਪੂਰਾ ਪਿੰਡ ਸੀ ਅਤੇ ਮੇਰੇ ਅੱਬੇ ਨੇ ਉਹ ਚੱਕੀ ਜਾਂਦਾ ਉਹੀ ਸੁੰਦਰੀ ਸਿੰਘ ਮਿਲਿਆ ਜਨਾਬ ਸਿੱਖ ਸੀ ਮੇਰੇ ਅੱਬੇ ਦਾ ਬੜਾ ਦੋਸਤ ਸੀ ਉਹ ਅੱਗੇ ਮਿਲਿਆ ਅਤੇ ਉਹਨੇ ਪੁੱਛਿਆ ਨਾ ਮੇਰਾ ਕਹਿੰਦਾ ਕਿੱਧਰ ਬਈ ਸ਼ੇਰ ਮੁਹੰਮਦ ਮੇਰੇ ਅੱਬੇ ਸ਼ੇਰ ਮੁਹੰਮਦ ਸੀ ਕਹਿੰਦਾ ਲੈ ਆ ਕੇ ਅਸੀਂ ਹੁਣ ਚੱਲਿਆ ਯਾਰ ਕਹਿੰਦਾ ਜਾਣਾ ਕਿੱਥੇ ਕਹਿੰਦਾ ਆਹ ਦੇਖ ਸਾਹਮਣੇ ਕਹਾਂ ਸਿੱਖ ਸਿੱਖ ਹੀ ਸਿੱਖ ਬੈਠੇ ਉੱਥੇ ਤਲਵਾਰਾਂ ਲੈ ਕੇ ਪੈਂਦੀ ਥੋੜ੍ਹਾ ਨੰਗੀਆਂ ਹਾਂ ਤੇ ਕਹਿੰਦਾ ਤੁਹਾਨੂੰ ਲਿਆਉਂਦੇ ਨੇ ਜਥੇ ਲਿਆਉਂਦੇ ਅਸੀਂ ਇਹਨਾਂ ਦੀ ਤਰ੍ਹਾਂ ਦੀ ਖਿਦਮਤ ਕਰਦੇ ਅਸੀਂ ਕਹਿੰਦੇ ਨੇ ਇਹਨਾਂ ਨੇ ਸਾਨੂੰ ਤੁਹਾਨੂੰ ਅਸੀਂ ਜਾਣ ਦੇਣਾ ਵੱਢ ਦੇਣਾ ਕਹਿੰਦਾ ਕਹਿੰਦਾ ਨਾ ਯਾਰ ਇਹ ਕੰਮ ਨਾ ਕਰ ਆਪਾਂ ਤਾਂ ਰੋਟੀ ਇਕੱਠੀ ਖਾਂਦੇ ਰਹੇ ਹਾਂ ਉਹ ਕਹਿੰਦਾ ਛੱਡੋ ਪੁਰਾਣੀਆਂ ਗੱਲਾਂ ਨੇ ਕਹਿੰਦਾ ਰੋਟੀ ਕੱਢੇ ਕਹਿੰਦਾ ਹੁਣ ਤਾਂ ਜਾ ਕੇ ਬਸ ਉਹ ਅਸੀਂ ਜਾ ਨਹੀਂ ਗਏ ਸਾਡੇ ਪਿੰਡ ਦਾ ਨਾਲ ਇੱਕ ਪਿੰਡ ਸੀ ਉੱਥੇ ਆਹ ਮਨੀਰ ਸੀ ਇੱਥੇ ਟੋਭੇ ਪਿਓ ਦੀ ਹੈਗੀ ਫੜ ਦੀ ਦੁਕਾਨ ਸੀ ਇੱਧਰ ਮੇਰਾ ਸੇਠ ਵਾਲੇ ਕਿੱਥੇ ਬੈਠੇ ਨੇ ਉਹਨਾਂ ਉਹ ਆ ਗਿਆ ਉਹਨੇ ਕੋ ਫਾਇਰ ਫੂਰ ਉਹਨੇ ਕੀਤੇ ਸਾਨੂੰ ਰਸਤਾ ਮਿਲ ਗਿਆ ਅਸੀਂ ਨਿਕਲ ਗਏ ਪਹਿਲੇ ਅਸੀਂ ਕੂਮ ਗਏ ਛੋਟੀ ਕੂਮ ਦੋ ਕੂਮਾਂ ਸੀ ਇੱਕ ਬੜੀ ਸੀ ਪਹਿਲੇ ਛੋਟੀ ਗਏ ਉੱਥੇ ਰਾਤ ਕੱਟੀ ਫਿਰ ਦੂਏ ਪਿੰਡ ਕੂਮ ਅਸੀਂ ਉੱਥੋਂ ਚਲੇ ਗਏ ਫਿਰ ਅਸੀਂ ਬਲੀਆਲ ਗਏ ਉਹ ਫਿਰ ਉਹ ਜਿਹੜਾ ਇੱਧਰਲਾ ਇਲਾਕਾ ਸੀ ਨਾ ਬੇੜ ਦਾ ਇਲਾਕਾ ਉਹ ਸਾਰਾ ਮੁਸਲਮਾਨ ਨੇ ਮੁਸਲਮਾਨ ਹੀ ਮੁਸਲਮਾਨ ਉਹ ਬਲੀਆਲ ਗਏ ਬਲੀਆਲ ਤੋਂ ਅਸੀਂ ਫਿਰ ਜਨਾਬ ਮਿਹਰਬਾਨ ਗਏ ਮਿਹਰਬਾਨ ਫਿਰ ਕੈਂਪ 'ਚ ਚਲੇ ਗਏ ਗੌਂਸਗੜ੍ਹ ਗਏ ਫਿਰ ਅਸੀਂ ਕੈਂਪ 'ਚ ਆ ਗਏ ਕੈਂਪ 'ਚੋਂ ਫਿਰ ਅਸੀਂ ਰਹੇ ਹਾਂ ਬਹੁਤ ਚਿਰ ਕੈਂਪ 'ਚ ਅਸੀਂ ਮੇਰਾ ਖਿਆਲ ਮਹੀਨਾ ਰਹੇ ਹੋਵਾਂਗੇ ਅਸੀਂ ਜਿਹੜੇ ਸਾਡਾ ਪਿੰਡ ਸੀ ਨਾ ਇਹਦੇ ਪਿੰਡ ਪਹਿਲੇ ਸਾਡੇ ਜਿਹੜੇ ਬਡਾਰੂ ਨੇ ਪਹਿਲੇ ਉਹ ਸਿੱਖਾਂ ਤੋਂ ਮੁਸਲਮਾਨ ਹੋਏ ਨੇ ਕਹਿੰਦੇ ਨੇ ਵੀ ਉਹ ਮੁਜੱਦਦ ਆਸਥਾਨੀ ਦੇ ਜ਼ਮਾਨੇ ਬੜੀ ਪਹਿਲੇ ਉਹਦੇ ਮੁਸਲਮਾਨ ਹੋਏ ਸਾਡੇ ਉਹ ਫਿਰ ਉਹਨਾਂ ਨੇ ਉੱਥੇ ਜਾ ਸਾਡਾ ਅਤੇ ਲੁਧਿਆਣਾ ਆ ਕੇ ਕੈਂਪ 'ਚ ਕੈਂਪ 'ਚੋਂ ਫਿਰ ਅਸੀਂ ਬੜਾ ਬਾਰਿਸ਼ਾਂ ਬੜਾ ਹੁੰਦੀਆਂ ਸਨ ਬੇਸ਼ੁਮਾਰ ਅਤੇ ਉਹ ਫਿਰ ਸਿੱਖਾਂ ਨੂੰ ਕਿਤੇ ਪਤਾ ਲੱਗਾ ਜਿਹੜੇ ਸਾਡੇ ਗੋਤੀ ਸਿੱਖ ਸੀ ਨਾ 12 ਪਿੰਡ ਸੀ ਪੂਰੇ ਉਹਨਾਂ ਨੇ ਫਿਰ ਜਨਾਬ ਦੇਖਿਆ ਨਾ ਵੀ ਹੀਰਾਂ ਵਾਲਿਆਂ ਨੂੰ ਸਾਡੇ ਗੋਤੀਆਂ ਨੂੰ ਗੋਤਾਂ ਦੀ ਸਿੱਖ ਬਹੁਤ ਕਰਦੇ ਨੇ ਬਹੁਤ ਜਾਨ ਦਿੰਦੇ ਨੇ ਇੱਕ ਦੂਜੇ ਉਹਨਾਂ ਨੇ ਫਿਰ ਉੱਥੇ ਨਾ ਸਾਨੂੰ ਛੋਲੇ
ਬਣਾ ਕੇ ਅਤੇ ਨਾਲ ਗੁੜ ਥੈਲੀਆਂ 'ਚ ਪਾ ਕੇ ਫਿਰ ਸਾਡੇ ਪਿੰਡ ਲੱਭ ਲੱਭ ਕੇ ਦਿੰਦੇ ਸੀ ਕਹਿੰਦੇ ਸੀ ਉਹਨਾਂ ਨੇ ਲੜੇ ਬਹੁਤ ਉਹ ਕਹਿੰਦੇ ਪੈ ਸਾਡੇ ਗੋਤੀਆਂ ਨੂੰ ਤੁਸੀਂ ਮਾਰ ਦਿਓ ਬਹੁਤ ਉਹਨਾਂ ਨਾਲ ਬੜੀ ਤਲਖ ਹੋਣੀਆਂ ਹੋਈਆਂ ਸੁਣਿਆ ਦੱਸਦੇ ਸੀ ਉਹ ਕਹਿੰਦੇ ਆ ਯਾਰ ਤੁਸੀਂ ਲੈ ਜਾਓ ਹੁਣ ਤੁਸੀਂ ਜਾ ਰਹੇ ਹੋ ਵੀ ਸਾਨੂੰ ਬੜਾ ਸਦਮਾ ਅਤੇ ਆਹ ਤੁਸੀਂ ਰਸਤੇ 'ਚ ਨਾ ਖਾ ਕੇ ਪਾਣੀ ਪੀ ਲਿਆ ਹੁਣ ਤੁਹਾਡੇ ਕੋਲ ਹੈ ਤਾਂ ਕੁਛ ਨਹੀਂ ਅਸੀਂ ਆਉਣਾ ਲੱਭ ਲਾ ਕੇ ਬੰਦੇ ਨੂੰ ਤੁਸੀਂ ਯਕੀਨ ਕਰਿਓ ਇਕੱਲੇ ਇਕੱਲੇ ਬੰਦੇ ਨੂੰ ਉਹਨਾਂ ਨੇ ਹੀਰਾਂ ਨੇ ਲੱਭ ਕੇ ਦਿੱਤੇ ਹੋਰ ਅਸੀਂ ਲੁਧਿਆਣੇ ਰਹੇ ਹਾਂ ਮਹੀਨਾ ਰਹਿ ਰਹੇ ਹੋਵਾਂਗੇ ਜੀ ਕਿਉਂਕਿ ਬਾਰਿਸ਼ਾਂ ਬਹੁਤ ਹੁੰਦੀਆਂ ਮਹੀਨਾ ਲੋਕ ਗਹਿਦਾ ਫਿੱਟ ਗਿਆ ਸੀ ਬਹੁਤ ਬੁਰਾ ਹਾਲ ਮੈਂ ਕਹਿਣਾ ਜੀ ਦੋ ਜਦੋਂ ਬੰਦੇ ਮਰਦੇ ਸੀ ਇੱਕ ਦੋ ਦਿਨ ਜਾਣ ਇੱਕ ਦੋ ਦਿਨ ਜਾਣ ਫਿਰ ਦਫਨਾਉਣ ਦਾ ਦਫਾਉਣ ਦਾ ਕੋਈ ਦਫਨਾਉਂਦਾ ਸੀ ਕੋਈ ਵਿਚਾਰਾ ਕੋਈ ਹਾਲ ਨਹੀਂ ਸੀ ਟੋਆ ਮਾੜਾ ਜਿਹਾ ਪਟਨਾ ਉੱਪਰ ਬਾਅਦ ਬੜਾ ਗੰਦ ਜੀ ਬੜਾ ਕਰਦੇ ਸੀ ਏਦਾਂ ਜਗ੍ਹਾ ਪਈ ਸੀ ਬੇਕਾਰ ਉੱਥੇ ਉਹਦੇ ਵਿੱਚ ਜਾਣਾ ਲੋਕਾਂ ਨੇ ਰਾਤ ਬਰਾਤੇ ਤੇ ਉਹਦੇ ਕੈਂਪ ਦੀ ਹਿਫਾਜ਼ਤ ਲਈ ਕੋਈ ਫੌਜ ਵੀ ਸੀਗੀ ਹਾਂ ਫੌਜ ਵੀ ਸੀਗੀ ਕਿਹਨਾਂ ਦੀ ਫੌਜ ਉਹ ਡੋਗਰੇ ਡੋਗਰੇ ਅੱਛਾ ਉੱਥੇ ਕੋਈ ਕੈਂਪ ਦੇ ਹਮਲਾ ਵੀ ਕਰਦੇ ਸੀਗੇ ਕੋਈ ਸਿੱਖ ਆ ਹਾਂ ਕੀਤਾ ਇੱਕ ਦੋ ਦਾ ਉਹਨਾਂ ਨੇ ਹਮਲਾ ਲੇਕਿਨ ਉਹ ਰੋਕਦੇ ਸੀ ਕਰਦੇ ਸੀ ਉਸ ਕੈਂਪ 'ਤੇ ਜਦੋਂ ਹਮਲਾ ਹੁੰਦਾ ਸੀਗਾ ਉੱਥੋਂ ਕੋਈ ਕੁੜੀਆਂ ਛੁੜੀਆਂ ਤਾਂ ਨਹੀਂ ਸੀ ਖਿੱਚਦੇ ਕੁੜੀਆਂ ਜੀ ਪਹਿਲੇ ਜਦੋਂ ਉੱਥੇ ਪਿੰਡਾਂ 'ਚ ਹੋਇਆ ਉਦੋਂ ਵੀ ਲੈ ਗਏ ਬਹੁਤ ਉਹ ਬਹੁਤ ਕੁੜੀਆਂ ਲੈ ਗਏ ਕਿਹੜੇ ਪਿੰਡ 'ਚ ਕੁੜੀਆਂ ਲੈ ਗਏ ਆ ਮਾਨਗੜ੍ਹ ਤੋਂ ਬਹੁਤ ਲੈ ਗਏ ਨੇ ਸਾਡੇ ਪਿੰਡ ਤੋਂ ਸਾਡੇ ਪਿੰਡ ਦੀ ਕੋਈ ਨਹੀਂ ਸੀ ਹੋਰ ਅੱਗੇ ਸੁਣਦੇ ਹੁੰਦੇ ਸੀ ਪਿੰਡਾਂ ਫਿਰ ਉਹ ਬਾਅਦ 'ਚ ਫੌਜ ਮੁਕਰਰ ਹੋਈ ਸੀ ਫਗਵਾੜਾ ਹੈ ਜਿਹੜਾ ਜਲੰਧਰ ਤਹਿਸੀਲ ਫਗਵਾੜਾ ਛਾਉਣੀ ਵੀ ਸੀ ਛੋੜੀ ਜੀ ਅਤੇ ਉੱਥੋਂ ਫਿਰ ਉਹ ਨਾ ਇੱਥੋਂ ਪੰਜਾਬ ਇੱਥੋਂ ਗਏ ਫੌਜੀ ਉੱਥੇ ਜਾਂ ਉੱਥੇ ਦੇ ਹੋਣੇ ਫੌਜ ਵੰਡੀ ਸੀ ਨਾ ਫਿਰ ਇਹਨਾਂ ਨੇ ਆਪਸ ਉਹ ਫਿਰ ਉੱਥੋਂ ਉਹ ਲਿਆਉਂਦੇ ਸੀ ਕੁੜੀਆਂ ਨੂੰ ਜਿਹੜੇ ਪਤਾ ਲੱਗਦਾ ਸੀ ਫਿਲਹਾਲ ਹਾਂਜੀ ਬਹੁਤ ਲਿਆਉਂਦੇ ਸੀ ਉੱਥੋਂ ਨਹੀਂ ਲਿਜਿਆ ਹੋਇਆ ਉੱਥੇ ਲਿਜਾਣ ਨਹੀਂ ਦਿੱਤੀ ਉਹਨਾਂ ਨੇ ਇੱਥੇ ਪਿੰਡਾਂ 'ਚ ਜਦੋਂ ਹਮਲੇ ਕੀਤੇ ਨਾ ਉਦੋਂ ਲਿਆ ਗਿਆ ਅਸੀਂ ਫਿਰ ਟ੍ਰੇਨ ਲੱਗਦੀ ਹੁੰਦੀ ਸੀ ਉਹ ਨਾਲ ਹੀ ਪੜੇ ਉੱਥੇ ਸਟੇਸ਼ਨ 'ਚ ਨਹੀਂ ਵੈਸੇ ਲੱਗ ਜਾਂਦੀ ਸੀ ਅਤੇ ਅਸੀਂ ਫਿਰ ਜਨਾਬ ਉੱਥੋਂ ਜਿਹੜੀਆਂ ਗੱਡੀਆਂ ਮਾਲ ਗੱਡੀਆਂ ਖੁੱਲ੍ਹੇ ਨਹੀਂ ਇੱਥੇ ਹੁੰਦੇ ਡੱਬੇ ਇਹਨਾਂ ਦੇ ਵਿੱਚ ਸਾਥੀ ਅਸੀਂ ਬੈਠੇ ਇਹਨਾਂ ਦੇ ਵਿੱਚ ਜਾ ਕੇ ਫਿਰ ਅਸੀਂ ਉਹ ਫਿਰ ਉਹ ਟ੍ਰੇਨਾਂ ਨੂੰ ਵੀ ਮਾਰਦੇ ਸੀ ਟ੍ਰੇਨ ਵੀ ਵੱਢਦੇ ਕਰਦੇ ਸੀ ਕਤਲ ਕਰਦੇ ਸੀ ਫਿਰ ਸਾਡੀ ਟ੍ਰੇਨ ਦਾ ਵੀ ਉਹਨਾਂ ਨੇ ਬੰਦੋਬਸਤ ਬਣਾਇਆ ਸੀ ਇਹ ਵੀ ਬਣੇ ਉਹ ਵੀ ਇਹ ਵੀ ਕਰਦੇ ਸੀ ਉਹ ਵੀ ਕਰਦੇ ਸੀ ਅਤੇ ਉਹ ਟ੍ਰੇਨ ਸਾਡੀ ਆ ਕੇ ਨਾ ਉਹਨਾਂ ਨੂੰ ਨਹੀਂ ਸੀ ਪਤਾ ਵੀ ਉੱਥੋਂ ਫੌਜ ਚੜ੍ਹੀ ਹੈ ਚਾਰ ਪੰਜ ਸਿਪਾਹੀ ਦੇ ਇੱਕ ਮੇਜਰ ਕੈਪਟਨ ਇੱਦਾਂ ਉਹ ਨਾ ਫਿਰ ਉਹ ਸਿੱਖ ਸੀ ਡਰਾਈਵਰ ਮੈਨੂੰ ਯਾਦ ਆ ਉਹ ਨਾ ਉਹਨੇ ਫਿਰ ਆ ਕੇ ਪੁਰਾਣ ਜਗ੍ਹਾ 'ਚ ਪੈ ਜਾਓ ਕਿਤੇ ਨਾ ਕੋਈ ਸਟੇਸ਼ਨ ਅਲੱਗ ਦਰਮਿਆਨ ਜਿਵੇਂ ਇੱਥੇ ਆ ਕੰਬੇ ਖੜੀ ਕਰਤੀ ਗੱਡੀ ਫਿਰ ਉਹ ਜਨਾਬ ਜੇਕਰ ਸਿੱਖ ਹੀ ਸਿੱਖ ਹੋਏ ਫਿਰ ਉਹਨਾਂ ਨੇ ਹਮਲਾ ਗੋਲੀਆਂ ਚਲਾਈਆਂ ਜਿਹੜੇ ਸਾਡੇ ਨਾਲ ਫੌਜ ਦੇ ਸੀਗੇ ਉਹ ਪਠਾਨ ਸੀ ਫੌਜ ਬਲੋਚ ਰਜਮੰਡ ਇਨਫੈਂਟਰੀ ਦੇ ਬੰਦੇ ਸੀ ਉਹਨਾਂ ਨੇ ਜਨਾਬ ਚਲਾਈਆਂ ਫਿਰ ਉਹ ਇੱਕ ਦੂਜੇ ਸਾਲੇ ਮਰ ਉਹ ਗੋਲੀ ਚਲਾਉਣ ਇੱਕ ਦੂਜੇ ਗਿਰਨ ਉਹ ਗੱਡੀ ਨਾ ਚਲਾਵੇ ਪੈਣ ਜੋ ਉੱਥੇ ਖੜੀ ਗਏ ਉਹ ਵੱਢਣ ਦਾ ਪ੍ਰੋਗਰਾਮ ਸੀ ਨਾ ਗੱਡੀ ਨੂੰ ਇਹਨੂੰ ਕਦਾ ਖਤਮ ਕਰਨਾ ਗੱਡੀ ਉਹਨੇ ਜਨਾਬ ਫਿਰ ਉਹ ਉਹ ਫਿਰ ਉਹ ਮੇਜਰ ਗਿਆ ਉਹ ਡਰਾਈਵਰ ਕੋਲ ਸਿੱਖ ਉਹਨੇ ਕਿਹਾ ਉਹ ਗੱਡੀ ਨਹੀਂ ਚਲਾਉਂਦਾ ਤੂੰ ਉਹਨੂੰ ਹੁਣ ਪਤਾ ਉਹਨੂੰ ਤਾਂ ਦੱਸਿਆ ਸੀ ਨਾ ਵੀ ਇਹ ਚਲਾਉਣੀ ਨਹੀਂ ਗੱਡੀ ਮਾਰਨੀ ਅਸੀਂ ਉਹ ਕਹਿੰਦਾ ਉਹਨੂੰ ਕਹਿੰਦਾ ਮਾਰੇ ਤਾਂ ਗੋਲੀ ਉਹ ਕਹਿੰਦਾ ਮੈਂ ਆਪ ਚਲਾ ਲਾਂਗਾ ਤੁਹਾਨੂੰ ਨਹੀਂ ਚਲਾਉਣਾ ਸਿੱਖਾਂ ਦਾ ਜੀ ਮੈਂ ਹੁਣੇ ਚਲਾਉਣਾ ਫਿਰ ਚਲਾਈ ਚਲਾ ਕੇ ਅਸੀਂ ਆਏ ਫਿਰ ਨਹੀਂ ਰਸਤੇ 'ਚ ਫਿਰ ਸਿੱਧੀ ਆਈ ਉਹ ਕਿਉਂਕਿ ਉਹ ਤਾਂ ਉਹਨਾਂ ਦਾ ਪ੍ਰੋਗਰਾਮ ਜਿਹੜਾ ਸੀ ਉਹ ਖਤਮ ਹੋ ਗਿਆ ਜਿਸ ਵਾਰ ਅਜੇ ਪਿੱਛੇ ਹੀ ਸੀ ਅਸੀਂ ਪਾਗੇ ਤੋਂ ਅਤੇ ਉੱਥੇ ਲੋਕ ਲਾ ਕੇ ਪਾਕਿਸਤਾਨ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ ਉਹ ਕਹਿੰਦਾ ਸਿੱਖ ਖੜਾ ਸੀ ਇੱਕ ਪੈ ਮੈਨੂੰ ਯਾਦ ਹੈ ਪਲੇਟਫਾਰਮ 'ਤੇ ਇੱਕ ਸਿੱਖ ਖੜਾ ਉਹ ਕਹਿੰਦਾ ਉਹ ਪਹਿਲੇ ਆਪਣੇ ਪਹੁੰਚ ਤਾਂ ਜਾਓ ਪਾਕਿਸਤਾਨ 'ਚ ਅਤੇ ਪਿੱਛੇ ਹੀ ਹੋ ਕਹਿੰਦਾ ਜੀ ਤਾਂ ਪਿੱਛੇ ਹੀ ਹੋ ਤੁਸੀਂ ਪਹੁੰਚ ਜਾਓ ਫਿਰ ਮਾਰ ਗਏ ਚਲਾ ਪਾਕਿਸਤਾਨ ਜ਼ਿੰਦਾਬਾਦ ਕਰ ਲਿਓ ਇਹਨਾਂ ਦੇ ਖਿਲਾਫ ਸੀ ਹਾਂ ਫਿਰ ਅਸੀਂ ਭਾਵੇਂ ਲਾਹੌਰ ਆ ਗਏ ਛੋਲੇ ਚੱਬ ਲੈਣੇ ਜਿਹੜੇ ਸਾਡੇ ਕੋਲ ਸੀ ਉੱਥੋਂ ਫਿਰ ਉੱਥੇ ਚੱਲੇ ਫਿਰ ਅਸੀਂ ਫੈਸਲਾਬਾਦ ਆ ਗਏ ਫੈਸਲਾਬਾਦ ਵੀ ਕਈ ਦਿਨ ਰਹੇ ਇੱਥੇ ਅਸਲ 'ਚ ਜਿਹੜੇ ਆਉਂਦੇ ਸੀ ਨਾ ਲੋਕ ਇੱਥੇ ਸਾਡੇ ਆਪ ਜਿਹੜੇ ਪਹਿਲੇ ਲੋਕ
ਜ਼ਮੀਨਾਂ ਅੰਗਰੇਜ਼ਾਂ ਨੇ ਕੀਤੀਆਂ ਨਾ 44-45-46 ਇੱਥੇ ਸਾਡੇ ਪਿੰਡ ਦੇ ਉੱਧਰੋਂ ਲੋਕ ਸਾਡੇ ਪਿੰਡ ਦੇ ਨਾਲ ਜਗਿਆਣਾ ਪਿੰਡ ਸੀ ਉੱਥੋਂ ਦੇ ਲੋਕ ਇੱਥੇ ਆਏ ਸੀ ਅਤੇ ਲੋਕ ਕਰਦੇ ਅਫੜਾ ਤਫੜੀ ਦਾ ਜੀ ਬੁਰਾ ਹਾਲ ਬੋਂਗੇ ਦੇ ਅਤੇ ਲੋਕ ਆਪਣੇ ਨਾ ਰਿਸ਼ਤੇਦਾਰਾਂ ਨੂੰ ਇੱਧਰ ਵੀ ਜਾਂਦਾ ਹੋਏ ਫਿਰ ਇੱਥੇ ਜਾ ਕੇ ਟੋਭੇ ਅਸੀਂ ਪੈ ਰਹੇ ਹਾਂ ਬਹੁਤ ਚਿਰ ਟੋਭੇ ਤੁਸੀਂ ਯਕੀਨ ਹੋ ਜੋ ਟੋਭੇ ਅਸੀਂ ਆਏ ਹਾਂ ਨਾ ਆ ਮੰਡੀ ਨਹੀਂ ਗੱਲਾਂ ਮੰਡੀ ਗੱਲਾਂ ਮੰਡੀ ਦੇ ਵਿੱਚ ਅਜੇ ਹਿੰਦੂ ਬੰਦ ਗਏ ਚਾਰੇ ਦਰਵਾਜ਼ੇ ਬੰਦ ਅਤੇ ਪੁਲਿਸ ਦਾ ਪਹਿਰਾ ਅਤੇ ਉਹਨਾਂ ਨੇ ਕੋਠੇ ਚੜ੍ਹਨਾ ਆੜ ਦੀਆਂ ਦੁਕਾਨਾਂ ਹੁੰਦੀਆਂ ਕਿਉਂਕਿ ਉੱਪਰ ਚੜ੍ਹ ਜਾਣਾ ਸਿਖਾਉਣੇ ਛੋਟੇ ਛੋਟੇ ਦਿਨ ਜਾਣਾ ਉਹ ਜਿਹੜਾ ਚੌਕ ਆ ਨਾ ਟੋਭੇ ਦਾ ਆਪਣਾ ਉੱਥੇ ਜਿੱਥੇ ਉਹ ਪਿੱਪਲ ਦਾਖਦ ਉੱਥੇ ਆਉਣਾ ਅਤੇ ਉਹਨਾਂ ਨੇ ਜਾਂ ਵਿਚਾਰਿਆਂ ਨੇ ਉੱਤੇ ਬੈਠੇ ਹੋਣਾ ਉਹਨੇ ਕਹਿਣਾ ਯਾਰ ਸਾਨੂੰ ਉਹਨਾਂ ਰੁਪਈਏ ਹੁੰਦੇ ਸੀ ਚਾਨੀਆਂ ਦੁਆਨੀਆਂ ਨਾ ਇਹਦੇ ਬੜੇ ਇਹ ਆਨੇ ਵਾਲਾ ਬੜਾ ਅਮੀਰ ਬੰਦਾ ਸੀ ਉਹਨੇ ਜਨਾਬ ਸਾਨੂੰ ਭਰਨੇ ਲੜ ਬੰਨ ਕੇ ਕਹਿਣਾ ਸਾਨੂੰ ਫਲਾਣੀ ਚੀਜ਼ ਰੇਹੜੀ ਤੋਂ ਜਾਣ ਲੈ ਦਿਉ ਅਸੀਂ ਜਨਾਬ ਉੱਥੇ ਕਹਿਣਾ ਰੇਹੜੀ ਜਾਂਦੇ ਉਹ ਚੀਜ਼ ਬੰਨ ਦੇਣੀ ਉਹਨੇ ਖਿੱਚ ਲੈਣੀ ਮੰਡੀ ਦੇ ਵਿੱਚ ਡੱਕ ਗਏ ਸੀ ਟੋਭੇ ਮੰਡੀ 'ਚ ਗੱਲਾਂ ਮੰਡੀ 'ਚ ਚਾਰੇ ਦਰਵਾਜ਼ੇ ਬੰਦ ਸੀ ਪੁਲਿਸ ਦਾ ਪਹਿਰਾ ਸੀ ਨਹੀਂ ਉਹਨੂੰ ਬਾਹਰ ਨਹੀਂ ਸੀ ਜਾਣ ਦਿੰਦੇ ਉਹ ਕੋਠੇ ਆ ਜਾਂਦੇ ਅੜਦੀਆਂ ਦੁਕਾਨਾਂ ਨੇ ਉਹਦੇ ਉੱਤੇ ਆ ਜਾਣਾ ਕੋਠਿਆਂ 'ਤੇ ਉਹਨਾਂ ਨੇ ਉੱਥੋਂ ਫਿਰ ਅਸੀਂ ਉਹਨਾਂ ਨੂੰ ਲੈ ਕੇ ਦੇਣੀਆਂ ਚੀਜ਼ਾਂ ਫਿਰ ਇਹ ਦੱਸੋ ਕਿ ਜਦੋਂ ਉੱਥੇ ਤੁਸੀਂ ਇਹਦਾ ਮਤਲਬ ਕਿ ਫਿਰ ਤੁਸੀਂ ਹਾਲੇ ਹਿੰਦੂ ਇੱਥੇ ਹੀ ਸੀਗੇ ਜਦੋਂ ਤੁਸੀਂ ਇੱਥੇ ਪਹੁੰਚ ਗਏ ਸੀਗੇ ਟੋਭੇ ਵਿੱਚ ਬੈਠੇ ਸੀਗੇ ਤੁਸੀਂ ਟੋਭੇ ਵਿੱਚ ਬੈਠੇ ਸੀ ਠੀਕ ਆ ਅੱਛਾ ਉਸ ਤੋਂ ਬਾਅਦ ਫਿਰ ਤੁਸੀਂ ਹਾਲੇ ਟੋਭੇ ਸੀਗੇ ਜਾਂ ਇੱਥੇ ਇਸ ਚੱਕ ਚ ਪੱਟੀ ਚੱਕ ਨਹੀਂ ਅਜੇ ਪੱਟੀ ਚੱਕ ਨਹੀਂ ਸੀ ਅਜੇ ਆਏ ਪਰ ਟੋਭੇ ਪੈ ਜਾਣਾ ਉੱਥੇ ਹਾਂ ਹਾਂ ਕੋਈ ਮਕਾਨ ਫਿਰ ਮਿਲ ਗਿਆ ਸੀਗਾ ਉੱਥੇ ਨਹੀਂ ਉੱਥੇ ਆ ਜਿਹੜਾ ਬਾਹਰ ਮੁਸਾਫਰ ਕਰਨਾ ਮੁਸਾਫਰ ਕਰਨਾ ਅੱਛਾ ਉੱਥੇ ਮੁਸਾਫਰ ਕਰਨੇ ਬੈਠੇ ਹਾਂ ਤੇ ਉਸ ਲਈ ਸ਼ਹਿਰ ਦੇ ਵਿੱਚ ਕਿਸੇ ਨੇ ਆਗੂ ਪਤਾ ਨਹੀਂ ਸੀ ਲੱਗੀ ਕੋਈ ਨਹੀਂ ਨਹੀਂ ਕੋਈ ਹੈ ਦੁਕਾਨਾਂ ਸਹੀ ਸਹੀ ਬਿਲਕੁਲ ਸਹੀ ਪਈਆਂ ਸੀ ਹਾਂ ਉਦਮ ਮਕਾਨ ਥੋੜਾ ਜਿਹਾ ਟੋਭਾ ਛੋਟਾ ਜਿਹਾ ਸੀ ਅੱਛਾ ਫਿਰ ਇਹ ਦੱਸੋ ਵੀ ਉਸ ਤੋਂ ਬਾਅਦ ਜਦੋਂ ਇੱਥੋਂ ਹਿੰਦੂ ਜਾਂ ਸਿੱਖ ਜਦੋਂ ਉਸ ਮੰਡੀ 'ਚੋਂ ਉਹਨਾਂ ਨੂੰ ਕੱਢ ਕੇ ਲੈ ਗਏ ਸੀਗੇ ਉਹ ਪਤਾ ਨਹੀਂ ਕਿਹੜੇ ਕੌਮ ਕਿਸ ਤਰ੍ਹਾਂ ਹੋਇਆ ਉਹ ਜਦੋਂ ਟ੍ਰੇਨ 'ਚ ਲੱਗ ਇੱਥੇ ਵੱਡੇ ਨੇ ਉਹ ਲਿਆ ਗਿਆ ਹਾਂ ਇੱਥੇ ਮੈਂ ਅਸੀਂ ਪੜ੍ਹ ਜਾਂਦੇ ਸੀ ਸਕੂਲ ਇੱਥੇ ਅੱਛਾ ਤੁਸੀਂ ਯਕੀਨ ਕਰੋ ਕੁੱਤੇ ਭੈਣ ਕੋਈ ਬਾਂਹ ਲਈ ਜਾਂਦਾ ਉੱਥੇ ਵਿਚਾਰੇ ਦਾ ਇੱਥੇ ਟੋਇਆਂ ਦੇ ਵਿੱਚ ਜਿਹੜੇ ਲੈਨ ਆ ਟੋਭੇ ਤੋਂ ਲੈ ਕੇ ਚਟਿਆਣੇ ਤੱਕ ਵੱਡੇ ਇੱਦਾਂ ਛਿੱਟੇ ਵੀ ਮਾੜਾ ਮਾੜਾ ਇਹ ਦੱਸਦੇ ਨੇ ਲੋਕ ਹੱਟ ਗਿਆ ਹਾਂ ਗੱਡੀ ਪੂਰੀ ਵੱਡੀ ਆ ਹਾਂ ਫਿਰ ਜਦੋਂ ਤੁਹਾਡੇ ਬਜ਼ੁਰਗ ਇੱਥੇ ਪਹੁੰਚ ਗਏ ਹਾਂਜੀ ਤਾਂ ਅਸੀਂ ਫਿਰ 47 ਚਲੇ ਆ ਗਏ ਅਸੀਂ ਬਕਰਾਈ ਜਿਹੜੀ ਹੈ ਨਾ ਬਕਰਾਈ ਆਈ ਆ ਪਹਿਲੀ ਬਕਰਾਈ ਆਈ 47 'ਚ ਕੀਤੀ ਆ ਕਰਮ ਵਾਲੀ 47 ਅਸੀਂ ਹਾਤਾ ਇੱਕ ਹੈਗਾ ਸੀ ਉੱਥੇ ਰਾਈਆਂ ਦਾ ਹਾਤਾ ਸੀ ਬਾਹਰ ਬਾਹਰ ਸੀ ਉੱਥੇ ਹੁਣ ਤਾਂ ਬਹੁਤ ਬੜਾ ਹੋ ਗਿਆ 47 ਉਦੋਂ ਛੋਟਾ ਜਿਹਾ ਸੀ ਅਤੇ ਅਸੀਂ ਉੱਥੇ ਰਹੇ ਹਾਂ ਉੱਥੇ ਬਕਰਾਈ ਕੀਤੀ ਆ ਕਰਮ ਵਾਲੀ ਦੇਖਿਆ ਨਹੀਂ ਕਰਮ ਨੂੰ ਦੇਖਿਆ ਨਹੀਂ ਅਸੀਂ ਉਹਦੇ ਪੁੱਤ ਨੂੰ ਦੇਖਿਆ ਛੇਰੇ ਲੰਮਣ ਦਾ ਲੜਕਾ ਸੀ ਅਮੀਰ ਉਹ ਮੁੰਡਾ ਸੁਦੀਆ ਰੋਲ ਠੀਕ ਹੋ ਗਿਆ ਅੱਛਾ ਫਿਰ ਹੁਣ ਇਹ ਤਾਂ ਬੇਲ ਉਸ ਵਣ ਤੋਂ ਇੱਥੇ ਤੁਸੀਂ ਪਹੁੰਚਣ ਲਈ ਫਿਰ ਵੀ ਕਦੀ ਮਤਲਬ ਇਸ ਤੋਂ ਬਾਅਦ ਵੀ ਤੁਹਾਡਾ ਕਿਤੇ ਮੌਕਾ ਮਿਲਿਆ ਤੁਹਾਨੂੰ ਆਪਣੇ ਪਿੰਡ ਜਾਣ ਦਾ ਪਿੱਛੇ ਨਹੀਂ ਜੀ ਦਿਲ ਕਰਦਾ ਦਿਲ ਕਰਦਾ ਹਾਂ ਦਿਲ ਕਰਦਾ ਵੀ ਚਲੇ ਜਾਈਏ ਦੇਖ ਲਈਏ ਯਾਰ ਇੱਕ ਜਗ੍ਹਾ ਵੈਸੇ ਪਿਆਰ ਤੁਸੀਂ ਬਚਪਨ ਨਾਲ ਗੁਜ਼ਰਿਆ ਪਿਆਰ ਮੁਹੱਬਤ ਦੇਖ ਲਈ ਲੇਕਿਨ ਉਹ ਬੰਦੇ ਸਾਡੇ ਕੋਲ ਹੋਇਆ ਉਹ ਹੋਣੇ ਆ ਕਿ ਨਹੀਂ ਹੋਣੇ ਹਾਂ ਜਿਹੜੇ ਇੱਕ ਤਾਂ ਹੈ ਜੀ ਸਤਿੰਦਰਪਾਲ ਬਾਦ ਬਾਂਸੀ ਰਾਮ ਅਗਰ ਉਹ ਹੈ ਜੀਦਾ ਜਿਹੜਾ ਮੈਨੂੰ ਖਤ ਲਿਖਦਾ ਸੀ ਅਤੇ ਫਿਰ ਤਾਂ ਜਾਣਦਾ ਹੈ ਇੱਕ ਹੋਰ ਸੀ ਸਾਧੂ ਰਾਮ ਬਲ ਨਾਥੀ ਰਾਮ ਅਤੇ ਉਹ ਵੀ ਮੇਰੇ ਨਾਲ ਪੜ੍ਹਦਾ ਸੀ ਦਿਲ ਕਰਦਾ ਯਾਰ ਜਾਈਏ ਦੇਖੀਏ ਇੱਕ ਦਫ਼ਾ ਬੜਾ ਮੁਹੱਬਤ ਆ ਵੈਸੇ ਪਿਆਰ ਆਉਂਦਾ ਪੁੱਤ ਮੈਨੂੰ ਤੁਸੀਂ ਨਾ ਲਿਜਾਓ ਆ ਦੇਖੋ ਕਿੰਨੇ ਬੁੱਢੇ ਮੈਂ ਇੱਥੇ ਨਾ ਕਹਿੰਦਾ ਮਾਂ ਮੈਂ ਤੈਨੂੰ ਲਿਜਾਣਾ ਉਹ ਕਹਿੰਦੀ ਤੂੰ ਆਪਣੇ ਬੱਚੇ ਸੰਭਾਲ ਕਹਿੰਦਾ ਅੱਲਾ ਬੱਚਿਆਂ ਦਾ ਅੱਲਾ ਮਾਲਕ ਹੈ ਲੇਕਿਨ ਚੱਕ ਕੇ ਲਿਆ ਸਾਰੀ ਯਕੀਨ ਕਰਿਓ ਤੁਸੀਂ ਸਾਰੇ ਰਸਤੇ ਚੱਕ ਕੇ ਲਿਆਉਂਦੀ ਆ ਪਿੱਛੇ ਕਿੰਨੇ ਜਦੋਂ ਕੈਂਪ ਵਿੱਚ ਰਹੇ ਫਿਰ ਉੱਥੇ ਵੀ ਉਹ
ਫਿਰ ਨਹੀਂ ਉਹਨੇ ਜਿੱਦ ਕੀਤੀ ਵੀ ਮੈਂ ਵਾਪਸ ਜਾਣਾ? ਨਹੀਂ, ਫਿਰ ਕੁਛ ਪਤਾ ਲੱਗ ਗਿਆ ਵੀ ਹੁਣ ਕਿੱਥੇ ਜਾਣਾ, ਹੁਣ ਤਾਂ ਗੱਲ ਹੀ ਨਹੀਂ, ਜਾਣੇ ਵਾਲੀ ਗੱਲ ਤਾਂ ਖਤਮ ਹੋ ਗਈ। ਫਿਰ ਇੱਥੇ ਆ ਕੇ ਵੀ ਆਪਣੇ ਪਿੰਡ ਨੂੰ ਯਾਦ ਕਰਦੀ? ਬਹੁਤ ਕਰਦੀ ਸੀ, ਬੜੀ ਕਰਦੀ ਸੀ। ਕੀ ਯਾਦ ਹੈ ਦੱਸਣ ਦਾ? ਆਹੀ ਕਰਦੀ ਸੀ ਵੀ ਮੈਂ ਪਿੰਡ ਵਾਸੀ ਆ ਗਏ, ਕਿ ਮੈਂ ਵਿਚਾਰੀ ਸਾਲ ਕੁ ਜੀ ਰਹੀ ਹੈਗੀ ਉਹ, ਫਿਰ ਕੁਛ ਸਾਲ ਤੋਂ ਬਾਅਦ ਮਰ ਗਈ, ਫਿਰ ਬਹੁਤ ਹੋ ਗਈ। ਉਹਦੀ ਕਹਾਣੀ ਇਹ ਆ, ਮੇਰਾ ਬਾਪ ਜਿਹੜਾ ਸੀ ਨਾ, ਆਪਣੀ ਮਾਂ, ਇਹ ਜਿਹੜੇ ਪੁਰਾਣੇ ਬੰਦੇ ਸੀ ਨਾ, ਆਪਣੇ ਮਾਂ ਬਾਪ ਦਾ ਬਹੁਤ ਕਰਦੇ ਸੀ। ਤੁਸੀਂ ਯਕੀਨ ਕਰਿਓ, ਮੇਰੀ ਦਾਦੀ ਜਿਹੜੀ ਸੀ ਨਾ, ਜਿਹੜਾ ਉਹਦੇ ਪੁੱਤ ਕਹਿ ਦਿੰਦੇ ਸੀ ਨਾ, ਮਾਂ ਜਿਹੜੀ ਪੁੱਤਾਂ ਨੂੰ ਕਹਿ ਦਿੰਦੀ ਸੀ ਗੱਲ, ਉਹ ਸਮਝੋ ਹਦੀਸ ਹੀ ਸਮਝਦੀ ਸੀ ਉਹ, ਵੀ ਇਹ ਹਦੀਸ ਹੀ ਆ, ਉਹਦੀ ਗੱਲ ਵੀ ਇਸ ਤਰ੍ਹਾਂ ਮੰਨਦੇ ਸੀ, ਪਰ ਪੁੱਛੇ ਨਾ, ਹੁਣ ਤਾਂ ਉਹ ਗੱਲ ਹੈ ਹੀ ਨਹੀਂ। ਅੱਛਾ, ਇਹ ਦੱਸੋ ਜਿਵੇਂ ਮਾਂ ਪਿਓ, ਬੱਚਾ ਜਦੋਂ ਵੱਡਾ ਹੁੰਦਾ ਘਰ ਦੇ ਵਿੱਚ, ਅਤੇ ਉਹਨੂੰ ਕਈਆਂ ਕੋਲੋਂ ਡਰਦਾ ਵਾ, ਕਈਆਂ ਨਾਲ ਉਹਦੀ ਜ਼ਿਆਦਾ ਦਿਲੀ ਰਗਬਤ ਹੁੰਦੀ ਆ, ਤੁਹਾਨੂੰ ਆਪਣੇ ਘਰ ਦੇ ਕਿਹੜੇ ਫਰਦ ਦੇ ਨਾਲ ਜ਼ਿਆਦਾ ਦਿਲੀ ਰਗਬਤ ਸੀਗੀ, ਜਾਂ ਜਿਹਦੇ ਕੋਲ ਤੁਸੀਂ ਡਰਦੇ ਸੀਗੇ? ਮੇਰੀ ਦਾਦੀ, ਦਾਦੀ ਨਾਲ। ਮੇਰਾ ਦਾਦਾ ਜਵਾਨੀ 'ਚ ਫੌਤ ਹੋ ਗਿਆ ਸੀ, ਮੇਰੀ ਦਾਦੀ ਤੋਂ ਅਸੀਂ ਬਹੁਤ ਡਰਦੇ ਸੀ। ਅੱਛਾ, ਡਰਦੇ ਸੀਗੇ? ਬਹੁਤ ਡਰਦੇ। ਮੈਂ ਕਹਿੰਦਾ ਪੁੱਛੋ ਕਿ ਮੇਰਾ ਨਾਂ, ਉਹ ਨਾ ਵੈਸੇ ਪਿਆਰ ਨਾਲ ਮੈਨੂੰ ਕਹਿੰਦੀ ਸੀ ਚੰਮ, ਮੈਂ ਕਮਜ਼ੋਰ ਜਿਹਾ, ਅਤੇ ਮੈਨੂੰ ਕਹਿੰਦਾ ਚਾਮ ਚੜੇ ਖਾਏ। ਅਤੇ ਆਪਣੀ ਅੰਮੀ ਨਾਲ ਤੁਹਾਡੇ ਕਿਤੇ ਤਲੁਕਾਤ ਸੀਗੇ? ਬਹੁਤ ਆਲਾ ਜੀ। ਅੱਛਾ, ਬਹੁਤ। ਮੈਂ ਪੁੱਛੋ ਹੀ ਨਾ, ਕੋਈ ਅਸੀਂ ਆਪਣੀ ਵਾਲਦਾ ਦੀ ਐਸੀ ਗੱਲ ਤੁਸੀਂ ਯਾਦ ਕਰਕੇ ਸ਼ੇਅਰ ਕਰੋ। ਮੈਨੂੰ ਯਾਦ ਹੈ ਜੀ, ਮੈਂ ਛੋਟਾ ਜਿਹਾ ਸੀ, ਮੇਰੀ ਮਾਂ ਨੇ ਮੈਨੂੰ ਮਾਰਿਆ ਕੁੱਟਿਆ। ਅੱਛਾ। ਮੈਂ ਜਿਹੜਾ ਉਹਦਾ, ਮੈਂ ਮੇਰਾ ਅੱਬਾ ਗਿਆ ਸੀ ਹੜ ਲੈ ਕੇ, ਸ਼ਾਮ ਦਾ ਟਾਈਮ ਸੀ, ਮੇਰਾ ਅੱਬਾ ਹੜ, ਉੱਥੇ ਬਹੁਤ ਦਾਣਾ ਖੇਤੀ ਕਰਦੇ ਸੀ, ਹੁਣ ਤਾਂ ਟਰੈਕਟਰ ਚੱਲ ਪਏ ਨੇ, ਉਹਦੇ ਫਿਰ ਬਹੁਤ ਦਾਣਾ ਬੰਦੇ ਢੱਗਿਆ ਨੇ, ਮੇਰਾ ਅੱਬਾ ਹੜ ਪਹੁੰਚਣ, ਮੈਂ ਰੋਂਦਾ ਰੋਂਦਾ ਸਿੱਧਾ, ਬੜੀ ਦੂਰ ਸੀ, ਸ਼ਾਮ ਦਾ ਟਾਈਮ ਸੀ, ਮੈਂ ਆਪਣੇ ਪਿੰਡ ਨਾ ਭਿਜੋ, ਮੈਂ ਦੱਸ ਕੇ ਆਉਣਾ ਆਪਣੇ ਅੱਬੇ, ਮੇਰੀ ਮਾਂ ਨੇ ਮਾਰਿਆ, ਅਤੇ ਮੈਂ ਦੱਸਣ ਗਿਆ, ਚਲਾ ਗਿਆ, ਅੱਗੇ ਆਉਣ ਵਾਲੇ ਪਿੱਛੇ ਪਿੱਛੇ ਚੱਲ ਜਾ ਰਿਹਾ ਸੀ, ਉਹ ਆਪਣੇ ਹੜ ਦੇ ਚੱਕਰ, ਹਾਂ, ਉਹ ਐਂ ਕਰ ਦੇਖਿਆ ਨਾ ਪਿੱਛੇ, ਐਂ ਪ੍ਰੈਣੀ ਮਾਰੀ, ਮੈਂ ਪਿੱਛੇ ਮੈਂ ਚੀਕ ਮਾਰੀ, ਉਹ ਕਹਿੰਦਾ ਕੀ ਗੱਲ ਹੋਈ, ਮੈਂ ਉਹਨੇ ਫਟਾਫਟ ਹੜ ਛੱਡ ਦਿੱਤਾ, ਮੈਨੂੰ ਲੈ ਕਹਿੰਦਾ ਚੱਲ ਤੇਰੀ ਮਾਂ ਨੂੰ ਪੁੱਛਿਆ ਕੀ ਅੱਗੇ ਮਾਰਿਆ ਤੇ ਫਿਰ ਕੱਲ੍ਹ ਮਾਰ ਗਿਆ। ਹਾਂ, ਪੁੱਛਿਆ ਵੀ ਮਾਰਿਆ, ਵੈਸੇ ਸ਼ਾਮੀ ਅਤੇ ਉਹਨਾਂ, ਮੈਂ ਮੇਰੇ ਭਾਈ ਮੇਰੇ ਤੋਂ ਤਿੰਨ ਬੜੇ ਫੌਤ ਹੋ ਗਏ ਸੀ, ਮੇਰੀ ਮਾਂ ਨੂੰ ਰਾਹ ਹੀ ਹੈਗਾ ਸੀ, ਫਿਰ ਰਾਜ ਅਸੀਂ ਮੇਰੀ ਦਾਦੀ ਫਿਰ ਲੈ ਗਏ ਸੀ ਉੱਥੇ, ਬਾਬਾ ਅਜੀਤ ਦੇ ਨਾਲ ਸਰੰਦ, ਉਹਨਾਂ ਦੇ ਬੈਚ ਸੀ ਇਹ, ਅਤੇ ਉਹਦੇ ਕੋਲ ਲੈ ਗਏ ਉਹਨੇ, ਫਿਰ ਉਦੋਂ ਨਹੀਂ ਆ, ਹੁਣ ਤਾਂ ਤਬੀਜ਼ਾਂ ਦਾ ਚੱਕਰ ਆ ਨਾ, ਉਹ ਬੜੇ ਬਜ਼ੁਰਗ ਸੀ, ਉਹ ਮੇਰੀ ਦਾਦੀ ਲੈ ਕੇ ਗਈ, ਉਹਨੇ ਕਿਹਾ ਜੀ ਇਹਦੇ ਬੱਚੇ ਪੈਦਾ ਹੋ ਜਾਵੇ, ਅਠਾਰਾਂ ਹੁੰਦਾ ਨਾ, ਬੱਚੇ ਫੌਤ ਹੋ ਜਾਂਦੇ ਸੀ, ਉਹਨਾਂ ਨੇ ਜਨਾਬ ਦੱਸਦੀ ਆ, ਮੇਰੀ ਦਾਦੀ ਦੱਸਦੀ ਸੀ, ਕਹਿੰਦੀ ਉਹਨੇ ਪਿੱਛੇ ਹੱਥ ਰੱਖਿਆ ਇੱਥੇ, ਕੋਈ ਨਹੀਂ ਆਉਂਦਾ, ਚੰਗੀ ਕਰੂੰਗਾ ਨਹੀਂ ਜਾਓ, ਮੁੜ ਕੇ ਮੈਂ ਫਿਰ ਮੇਰੀ ਮਾਂ ਮੇਰੀ ਭੈਣ ਹੈ ਬੜੀ ਮੇਰੇ ਤੋਂ, ਫਿਰ ਮੈਂ ਉਹ ਤੋਂ 5 ਸਾਲ ਛੋਟਾ, ਮੇਰੇ ਤੋਂ ਭਾਈ ਮੇਰਾ ਛੋਟਾ ਲੰਦਰ ਹੁੰਦਾ, ਤਿੰਨੇ ਭਾਈ ਜੀ ਉੱਠੀ, ਗਲੀਆਂ ਛੋਟੀਆਂ ਹੁੰਦੀਆਂ ਸੀ ਨਾ, ਉਹ ਉਮਰ ਦੀ ਜਲਾਹ ਹੁੰਦਾ ਸੀ, ਉਹਦਾ ਕੋਨੇ 'ਤੇ ਘਰ ਸੀ, ਅੱਗੇ ਫਿਰ ਚਲੇ ਜਾਂਦੇ ਸੀ ਗਾਂਹ, ਫਿਰ ਉਹ ਬੰਸੀ ਰਾਮ ਦਾ ਘਰ ਸੀ, ਅੱਗੇ ਫਿਰ ਉਹ ਨਾਥੀ ਰਾਮ ਦਾ ਘਰ ਸੀ, ਅੱਗੇ ਇੱਕ ਠੇਕੇਦਾਰ ਹੁੰਦਾ ਸੀ, ਉਹ ਰਾਤ ਨੂੰ ਲੋਕਾਂ ਨੇ ਜਿਹੜਾ ਫੀਮ ਦਾ ਠੇਕੇ ਹੁੰਦੇ ਸੀ ਨਾ ਉੱਧਰ, ਉਹ ਲੋਕਾਂ ਨੇ ਰੌਲਾ ਪਾਈ, ਉਹਨਾਂ ਨੇ ਜਾਂ ਫੀਮ ਦੇਣੀ, ਪਰ ਇਹਨਾਂ ਦਾ ਘਰ ਪਾਲੇ ਪਾਸੇ ਨਾਲ ਸੀ, ਅਤੇ ਉੱਧਰੋਂ ਬੜੇ ਜਲਾਇਆਂ ਦਾ ਘਰ ਸੀ, ਫਿਰ ਉੱਥੋਂ ਨਿਕਲ ਜਾਂਦੇ, ਬਸ ਸੜਕ ਆ ਜਾਂਦੀ ਸੀ ਵਿੱਚੋਂ ਨਿਕਲਦੇ। ਅੱਛਾ, ਤੁਹਾਡੇ ਉੱਥੋਂ ਕੋਈ ਮੇਲੇ ਸ਼ੇਲੇ ਵੀ ਲੱਗਦੇ ਸੀ? ਬਹੁਤ ਜੀ ਮੇਲੇ ਬੜੇ, ਦੱਸੋ ਨਹੀਂ, ਕੋਲ ਕੁਸ਼ਤੀਆਂ ਹੁੰਦੀਆਂ, ਮੇਲੇ ਨਹੀਂ ਕੁਸ਼ਤੀਆਂ, ਰਿਵਾਜ਼ ਹੁੰਦਾ ਸੀ ਉੱਥੇ, ਅਤੇ ਹਰ 8 ਦਿਨ ਕੋਲ, ਅੱਜ ਆਸ ਪਿੰਡ ਜਾ, ਸੌ ਪਿੰਡ ਜਾ, ਜਾ ਫਲਾਣੇ ਜਾ, ਉਹ ਅਸੀਂ ਦੇਖਦੇ ਹੁੰਦੇ ਸੀ ਬੜਾ। ਅਤੇ ਤੁਹਾਡੇ ਉੱਥੋਂ ਕਿਤੇ ਨਾਮੀ ਗ੍ਰਾਮੀ ਪਹਿਲਵਾਨ ਕਿਹੜੇ ਸੀਗੇ? ਸਾਡੇ ਉੱਥੇ ਜੀ, ਹੁਣ ਮੈਂ ਨਾਂ ਤਾਂ ਮੈਨੂੰ ਯਾਦ ਨਹੀਂ, ਸਾਹਿਬ ਅਬਦੁੱਲਾ ਜਿਹੜਾ ਹਰਮਾਸ ਸੀ ਜੀ ਸਾਡਾ, ਉਹਨੇ ਮੇਹਰ ਸਿੰਘ, ਮੇਹਰ ਸਿੰਘ ਪਹਿਲਵਾਨ ਰੱਖਿਆ ਹੁੰਦਾ ਸੀ, ਬੜੀ ਖਿਦਮਤ ਕਰਦਾ ਸੀ ਉਹੀ, ਉਹਨੂੰ ਸ਼ੌਕ ਸੀ ਕੁਸ਼ਤੀਆਂ ਦੇਖਣ ਦਾ, ਕਰਨ ਦਾ, ਗੁੱਜਰ ਸੀ ਉਹ, ਉਹਨੇ ਮੇਰ ਉਹ ਇੱਥੇ ਮਿਲ ਕੇ ਵੀ ਗਿਆ ਬਾਅਦ 'ਚ, ਉਹ ਹੁਣ ਤਾਂ ਮਰ ਮੁੜ ਗਿਆ, ਉਹ ਵਿਚਾਰਾ ਮਰ ਗਿਆ, ਹੁਣ ਤਾਂ ਗੱਲ ਨਹੀਂ, ਉਹ ਉਹਨੂੰ ਬੜਾ ਜਿਹੜਾ ਇੱਥੇ ਸਿੱਖ ਬੜਾ ਉਹ ਘੁਲਦਾ ਹੁੰਦਾ ਸੀ, ਬੜਾ ਜ਼ਬਰਦਸਤ ਭਾਗ ਹੁੰਦੇ ਸੀ ਉੱਥੇ, ਸਾਡੇ ਸਕੂਲ ਨੇ ਨਾ ਮਿਡਲ ਸਕੂਲ, ਖਾੜਾ ਪੱਟਿਆ ਹੁੰਦਾ ਸੀ, ਬੜਾ ਕਰਦੇ ਸੀ, ਮਤਲਬ ਘੁਲਦੇ ਹੁੰਦੇ ਸੀ, ਆਪ ਪ੍ਰੈਕਟਿਸ ਕਰਨੀ ਨਾ ਪਹਿਲੇ,
ਕੋਲਣਾ ਤੇ ਚਲੇ ਉਹ ਦਾਦੂ ਸਿੱਖਣੇ ਮੇਰਾ ਸਹੁਰਾ ਕੋਲ ਜਾਂਦਾ ਸੀ ਮੇਰੇ ਜਿਹੜੇ ਮੇਰੀ ਸ਼ਾਦੀ ਹੋਈ ਹੈ ਨਾ ਮੇਰੇ ਪਿੰਡ ਜੀ ਅਸੀਂ ਜਾਂਦੇ ਨੇ ਉਹ ਬੜਾ ਘੁਲਦਾ ਸੀ ਮੈਂ ਚੰਗੀ ਤਰ੍ਹਾਂ ਦੇਖਿਆ ਅਸੀਂ ਦੁਸਹਿਰਾ ਦੇਖਣ ਜਾਂਦੇ ਗੱਤਕਾ ਖੇਲਦੇ ਹੁੰਦੇ ਸੀ ਸਿੱਖ ਹਿੰਦੂ ਮੁਸਲਮਾਨ ਗੱਤਕਾ ਖੇਲਦੇ ਮੈਂ ਦੇਖੇ ਦੁਕਾਨਾਂ ਹਿਕਮਤ ਸੀ ਜਮੀਲ ਹਕੀਮ ਹੁੰਦਾ ਸੀ ਮੈਨੂੰ ਅਜੇ ਵੀ ਯਾਦ ਆ ਮੈਂ ਇੱਕ ਦਫ਼ਾ ਨਾ ਮੂੰਗਫਲੀ ਖਾ ਲਈ ਕੱਚੀ ਮੈਂ ਸਾਡੇ ਬੀਜ ਵਾਸਤੇ ਰੱਖ ਦਿੰਦੇ ਸੀ ਧਾਗਾ ਲਾ ਕੇ ਮੂੰਗਫਲੀ ਬੀਜ ਦੇ ਬਹੁਤ ਸੀ ਨਾ ਉਹ ਮੂੰਗਫਲੀ ਕੱਚੀ ਮੈਂ ਲੈ ਜਾਣੀ ਉੱਥੋਂ ਮੋਰੀ ਖਾ ਲਈ ਬੋਰੀ 'ਚ ਮੋਰੀ ਖਾ ਬਸ 'ਤੇ ਲੁਕੋ ਲੈਣੀ ਬਸ 'ਤੇ ਲੁਕੋ ਕੇ ਲੈ ਕੱਚੀ ਖਾਂਦਾ ਰਿਹਾ ਮੈਂ ਉਹ ਇੰਨਾ ਚਿਰ ਖਾਂਦਾ ਰਿਹਾ ਖਾਂਦਾ ਰਿਹਾ ਕਿੰਨਾ ਚਿਰ ਖਾਂਦਾ ਰਿਹਾ ਘਰਦਿਆਂ ਨੂੰ ਕੋਈ ਪਤਾ ਨਹੀਂ ਉਹ ਮੁਨਸ਼ੀ ਜਿਹੜਾ ਗਿਆਨੀ ਰਾਮ ਸੀ ਨਾ ਮਾਸਟਰ ਉਹਨੇ ਦੇਖ ਲਿਆ ਉਹਨੇ ਉਹ ਮਾਸਟਰ ਅੱਜ ਕੱਲ੍ਹ ਮਾਸਟਰਾਂ ਮੰਗਣੀ ਸੀ ਉਹ ਜਨਾਬ ਮਾਸਟਰ ਉਹਨੇ ਕਿਹਾ ਯਾਰ ਤੂੰ ਕੀ ਪੀਲਾ ਰੰਗ ਹੋ ਗਿਆ ਮੇਰੇ ਚਾਚੇ ਨੂੰ ਕਹਿੰਦਾ ਕਹਿੰਦਾ ਯਾਰ ਤੁਹਾਡਾ ਬੱਚਾ ਜਿਹੜਾ ਰੰਗ ਪੀਲਾ ਹੋ ਗਿਆ ਖੂਨ ਨਹੀਂ ਹੈ ਇਹਦੇ ਵਿੱਚ ਕਹਿੰਦਾ ਇਹਨੂੰ ਦਿਖਾਓ ਫਿਰ ਮੇਰਾ ਚਾਚਾ ਮੈਨੂੰ ਉਹ ਜਮੀਲ ਹਕੀਮ ਕੋਲ ਲੈ ਗਿਆ ਯਕੀਨ ਕਰਿਓ ਤੁਸੀਂ ਮੈਨੂੰ ਯਾਦ ਹੈ ਉਹ ਜਮੀਲ ਹਕੀਮ ਅਜੇ ਵੀ ਮੈਨੂੰ ਉਹਦੀ ਸ਼ਕਲ ਯਾਦ ਆ ਐਨਕ ਲਿਆਉਂਦਾ ਹੁੰਦਾ ਸੀ ਉਹ ਕਾਫੀ ਉਮਰ ਦਾ ਸੀ ਉਹਨੇ ਜਨਾਬ ਦੇਖਿਆ ਤੇ ਉਹ ਕਹਿੰਦਾ ਓਹੋ ਨਵਸ ਦੇਖਦੇ ਸੀ ਹੁਣ ਤਾਂ ਦੱਸਣ ਕੇ ਦਿੰਦੇ ਨੇ ਦਵਾਈ ਉਦੋਂ ਹਕੀਮ ਨਵਸ ਦੇਖ ਕੇ ਦਵਾਈ ਦਿੰਦੇ ਸੀ ਉਹਨੇ ਜਨਾਬ ਜਦ ਮੇਰਾ ਉਹ ਨਵਸ ਦੇਖੀ ਉਹਨੇ ਕਿਹਾ ਤੁਹਾਡੀ ਇਹਦਾ ਕੰਮ ਬੜਾ ਖਰਾਬ ਹੋ ਗਿਆ ਮੇਰੇ ਚਾਚੇ ਨੂੰ ਕਹਿੰਦਾ ਕਹਿੰਦਾ ਕੀ ਹੋ ਗਿਆ ਕਹਿੰਦੇ ਸਾਰੀ ਮੂੰਗਫਲੀ ਕੱਚੀ ਕਹਿੰਦੇ ਜੰਮਦੀ ਰਹੀ ਕਹਿੰਦਾ ਇਹਦੇ ਤਾਂ ਖੂਨ ਦਾ ਜ਼ਰਾ ਵੀ ਨਹੀਂ ਹੈ ਉਹਨੇ ਫਿਰ ਬੜੇ ਬੜੇ ਪੁੜੇ ਦਿੱਤੇ ਮੈਨੂੰ ਯਾਦ ਹੈ ਉਹ ਪੁੜੇ ਜਿਹੜਾ ਕਹਿੰਦਾ ਸੁਬਾਹ ਪਵਾ ਕੇ ਦੇ ਦੇਣਾ ਇੱਕ ਆ ਦੂਏ ਲੈਣ ਦੇਣਾ ਇੱਕ ਆਹ ਉਹ ਪੁੜੇ ਫਿਰ ਮੇਰੀ ਮਾਂ ਮੈਨੂੰ ਨਾ ਦਿੰਦੀ ਰਹੀ ਪੁੜੇ ਉਹ ਬਣਾ ਉਬਾਲ ਉਬਾਲ ਕੇ ਪੁੜੇ ਉਹ ਫਿਰ ਮੈਂ ਲੈ ਕੇ ਬਿਲਕੁਲ ਠੀਕ ਹੋ ਗਿਆ ਅਤੇ ਨਾ ਇਹ ਵੀ ਹੁਣ ਮੇਰੀ ਮਾਂ ਗਲੀਆਂ ਛੋਟੀਆਂ ਹੁੰਦੀਆਂ ਸੀ ਨਾ ਉਹ ਗਲੀਆਂ 'ਚ ਮੇਰੀ ਮਿੰਜੀ ਡਾਲ ਲੈਣੀ ਮੈਨੂੰ ਯਾਦ ਆ ਜੇ ਵੀ ਅਤੇ ਕਹਿਣਾ ਉੱਥੇ ਕਹਿੰਦਾ ਲੰਮੀਆਂ ਮੈਨੂੰ ਆਰਾਮ ਦੇ ਦੀ ਲੰਮੀਆਂ ਮੈਨੂੰ ਆਰਾਮ ਕਰ ਦੀ ਮੈਂ ਇਹੀ ਕਰੀ ਜਾਣਾ ਉਹ ਜਾਣੀਆਂ ਨੇ ਕਹਿਣਾ ਇਹਨੇ ਕਿੱਧਰ ਲਾਤਾ ਮੁੰਡਾ ਮੈਨੂੰ ਯਾਦ ਇਹ ਲੰਬੜਦਾਰ ਜਿਹੜਾ ਸੀ ਨਾ ਇਹ ਅੱਲਾ ਦਿੱਤਾ ਬੜਾ ਮਸ਼ਹੂਰ ਹੈ ਸੀ ਨਹੀਂ ਵਿਆਹ ਤਾਂ ਨਹੀਂ ਗਿਆ ਹਿੰਦੂਆਂ ਦੇ ਵਿਆਹ 'ਤੇ ਗਏ ਸਾਡੇ ਪਿੰਡ ਹਿੰਦੂ ਹੁੰਦੇ ਸੀ ਹਿੰਦੂ ਜਿਹੜੇ ਵਿਆਹ ਕਰਦੇ ਸੀ ਉਹ ਸਾਡੇ ਵਿਹੜੇ 'ਚ ਕਰਦੇ ਹੁੰਦੇ ਸੀ ਉਹਨਾਂ ਕੋਲ ਜਗ੍ਹਾ ਹੁੰਦੀ ਸੀ ਉੱਪਰ ਰਹਿੰਦੇ ਸੀ ਕਿਸੇ ਵਿਆਹ ਦੀ ਕੋਈ ਗੱਲਬਾਤ ਸੁਣਾਓ ਵਿਆਹ ਦੀ ਸਾਡੇ ਉਹ ਨਾਲ ਇੱਕ ਚੌਂਪਾਂ ਦੇਵੀ ਸੀ ਚੌਂਪਾਂ ਦੇਵੀ ਨਾਲ ਨਾਥੀ ਰਾਮ ਦੀ ਕੁੜੀ ਉਹਦੀ ਸ਼ਾਦੀ ਹੋਈ ਸੀ ਮੈਨੂੰ ਯਾਦ ਹੈ ਉਹ ਉਹਨਾਂ ਨੇ ਰੁਪਈਏ ਸਿੱਟੇ ਸੀ ਚਾਂਦੀ ਦੇ ਰੁਪਈਏ ਬੜੇ ਲੋਕਾਂ ਨੇ ਸੜਕ ਦੇ ਜਾਏ ਨਾ ਲੋਕਾਂ ਨੇ ਬੜੇ ਲੁੱਟੇ ਪੈ ਨਿਆਣੇ ਲੁੱਟ ਕੇ ਲੈਣ ਰੁਪਈਆ ਬਹੁਤ ਬੜੀ ਪਾਵਰ ਸੀ ਰੁਪਈਆ ਚਾਂਦੀ ਦਾ ਰੁਪਈਆ ਕਾਗਜ਼ ਦੇ ਰੁਪਈਏ ਨਹੀਂ ਸੀ ਹੁੰਦੇ ਰੁਪਈਆ ਹੁੰਦਾ ਸੀ ਮਲਕਾ ਦੀ ਪੰਤਾਲੀ 'ਚ ਖਤਮ ਹੋਈ ਆ ਉਹ ਮੈਨੂੰ ਯਾਦ ਆ ਸਾਡੇ ਪਿੰਡਾਂ 'ਚ ਅੰਗਰੇਜ਼ ਭਰਤੀ ਕਰਕੇ ਗਿਆ ਸੀ ਉਹ ਜਨਾਬ ਉਹਨਾਂ ਨੇ ਡਾਕਾ ਹੁੰਦੀ ਆ ਨਾ ਬਸ ਡਾਕੀ ਵਾਲੀ ਆ ਜਿਹਨੂੰ ਸੈਨਮਾ ਦਿਖਾਉਂਦੇ ਉਹਨਾਂ ਨੇ ਉਹ ਦਿਖਾਉਣੀ ਬੜੇ ਬੰਦੇ ਭਰਤੀ ਹੋਏ ਜੀ ਬੜਾ ਜਨਾਬ ਜੋੜਿਆ ਹੁੰਦਾ ਜੀ ਇੱਥੇ ਮਿਲਦੇ ਟੁੱਟੇ ਛਿੱਤਰ ਉੱਥੇ ਮਿਲਣਗੇ ਬੂਟ ਭਰਤੀ ਹੋ ਜਾਣਾ ਸਾਹਿਬ ਕਰੇ ਬੂਟ ਭਰਤੀ ਹੋ ਜਾਣਾ ਇਹ ਜੋੜਿਆ ਹੁੰਦਾ ਸੀ ਉਹਨਾਂ ਨੇ
ਕਿੱਸਾ ਬੜੇ ਸਾਡੇ ਪਿੰਡ ਨੂੰ ਭਰਤੀ ਹੋਏ ਨੇ ਮੁੰਡੇ ਸਾਡਾ ਪਿੰਡ ਮੇਰਾ ਹਲ ਜਵਾਨ ਜਨ ਮੁੰਡੇ ਸਭ ਭਰਤੀ ਹੋ ਗਏ ਫਿਰ ਉਹ ਮਤਲਬ ਬਾਰਡਰ ਤੇ ਕੋਈ ਪਤਾ ਲੱਗਾ ਵੀ ਕਿਹੜੇ ਪਾਸੇ ਭੇਜੇ ਉਹ ਪਤਾ ਨਹੀਂ ਕਿਹੜੀ ਜਗ੍ਹਾ ਹੋਈ ਹੈ ਜੀ ਫਿਰ ਕੋਈ ਉਸ ਤੇ ਜਦੋਂ ਜੰਗ ਮੋੜੀ ਖਤਮ ਹੋ ਗਈ ਹਾਂ 45 ਖਤਮ ਹੋ ਗਈ ਕਿੰਨਾ 45 ਮੋੜ ਕੋ ਮੋੜ ਕੇ ਆਏ ਸੀਗੇ ਆ ਕੇ ਉਹ ਕਈ ਨਹੀਂ ਆਏ ਕਈ ਆਏ ਛੁੱਟੀ ਆਏ ਕੋਈ ਐਸਾ ਜਿਹੜਾ ਨਾਮੀ ਗ੍ਰਾਮੀ ਕੋ ਤਮਗੇ ਵਾਲਾ ਕੋਈ ਫੌਜੀ ਜਿਹੜਾ ਆਇਆ ਹੋਵੇ ਹਾਂ ਸਾਡੇ ਪਿੰਡ ਦਾ ਰਹਿਮਤ ਸੀ ਸਾਡੇ ਚਾਰ ਜਣੇ ਦਾ ਅੱਛਾ ਉਹ ਉਹਨੂੰ ਮਿਲਿਆ ਸੀ ਜ਼ਮੀਨ ਵੀ ਮਿਲੀ ਉਹਨੂੰ ਅੱਛਾ ਠੀਕ ਹੋ ਗਿਆ ਫਿਰ ਜਦੋਂ ਇਹ ਜੰਗ ਮੁੱਕ ਗਈ ਹਾਂਜੀ ਤੇ ਤੁਸੀਂ ਨਿਕੇ ਜਿਵੇਂ ਦੱਸ ਰਹੇ ਸੀਗੇ ਕਿ ਬਈ ਉਹ ਲਾਰਡ ਮਾਊਂਟ ਬੈਟਨ ਨੂੰ ਤੁਸੀਂ ਦੇਖਿਆ ਹਾਂਜੀ ਬਿਲਕੁਲ ਰਾਜਾ ਨੂੰ ਤੁਸੀਂ ਦੇਖਿਆ ਬਿਲਕੁਲ ਦੇਖਿਆ ਤੇ ਉਹ ਤੁਸੀਂ ਕਿੱਥੇ ਦੇਖਿਆ ਉਹ ਸਾਡੀ ਰੋਡ ਤੇ ਆਏ ਸੀ ਜੱਗਾ ਬੱਗੀ ਦੋ ਘੋੜੇ ਜੁੜੇ ਸੀ ਅੱਛਾ ਲਾਰਡ ਮਾਊਂਟ ਬੈਟਨ ਦੇਖਿਆ ਲਾਰਡ ਮਾਊਂਟ ਬੈਟਨ ਦੇਖਿਆ ਚੰਗੀ ਤਰ੍ਹਾਂ ਅੱਛਾ ਪਿੱਛੇ ਖੜਾ ਸੀ ਉਹ ਇਦਾਂ ਬਹੁਤ ਲੰਬਾ ਜਵਾਨ ਸੀ ਬੜਾ ਅੱਛਾ ਚੰਗੀ ਤਰ੍ਹਾਂ ਦੇਖਿਆ ਜੱਗਾ ਬੱਗੀ ਦੇ ਦੋ ਘੋੜੇ ਚੁੱਟਦੇ ਸੀ ਤਾਰਾ ਸਿੰਘ ਵੀ ਉਹ ਦੇਖਿਆ ਨੀ ਸੁਣਿਆ ਮੈਂ ਉਹਨਾਂ ਦਿਨਾਂ 'ਚ ਉਹ ਨਿੱਕੇ ਨੇ ਪਾਕਿਸਤਾਨ ਦੇ ਖਿਲਾਫ ਗੱਲ ਕਰਦੇ ਸੀਗੇ ਵੀ ਪਰ ਉਹਦਾ ਕੀ ਤੁਹਾਨੂੰ ਯਾਦ ਆ ਤਾਰਾ ਸਿੰਘ ਹਾਂਜੀ ਤਾਰਾ ਸਿੰਘ ਮੈਂ ਤਾਂ ਜੀ ਅੱਜ ਚਲੋ ਠੀਕ ਹੋ ਗਈ ਇਹ ਤੇ ਜਦੋਂ ਕਹਿ ਦਿਓ ਦੀ ਵਫਾਤ ਹੋਈ ਆ ਹਾਂਜੀ ਤੁਸੀਂ ਉਸ ਲਈ ਕਿੱਥੇ ਸੀਗੇ ਅਸੀਂ ਪਾਕਿਸਤਾਨ 'ਚ ਇੱਥੇ ਜੀ ਇੱਥੇ ਮਤਲਬ ਹਾਂ ਇੱਥੇ ਮੈਨੂੰ ਯਾਦ ਹੈ ਸੀ ਮੈਂ ਅਸੀਂ ਇੱਥੇ ਫਿਰ ਤੁਸੀਂ ਇੱਥੇ ਆ ਕੇ ਦੁਬਾਰਾ ਜਦੋਂ ਇਹਨੂੰ ਆਪਣਾ ਲਿਆਕਤ ਅਲੀ ਪਹਿਲਾਂ ਵਜ਼ੀਰ ਆਜ਼ਮ ਹਾਂਜੀ 52 ਹੋਇਆ ਨਾ 52 ਸ਼ਾਇਦ ਅਕਬਰ ਨੇ ਗੋਲੀ ਮਾਰੀ ਸੀ ਨਾ ਲਿਆਕਤ ਬਾਗ 'ਚ ਉੱਦਣ ਸਾਨੂੰ ਛੁੱਟੀ ਹੋਈ ਸੀ ਮੈਂ 7ਵੀਂ 'ਚ ਪੜ੍ਹਦਾ ਸੀ ਹੁਣ ਮੈਨੂੰ ਯਾਦ ਆ ਸੀ ਜਾ ਰਿਹਾ ਸੀ ਅਤੇ ਉਹ ਲੜਕੇ ਕਹਿੰਦੇ ਉਹ ਬਈ ਅੱਜ ਛੁੱਟੀਆਂ ਸੀਗਾ ਕੀ ਹੋ ਗਿਆ ਕਹਿੰਦੇ ਗਾਂਧੀ ਨੂੰ ਮਰ ਗਿਆ ਗਾਂਧੀ ਨਾ ਸੱਚ ਕਹਿ ਦਿਆ ਆਪਣਾ ਲਿਆਕਤ ਉਹਨੂੰ ਗੋਲੀ ਮਾਰੀ ਸਾਰੇ 51 ਦੀ ਗੱਲ ਹੈ ਉਹ ਵੀ ਮੈਨੂੰ ਚੰਗੀ ਤਰ੍ਹਾਂ ਪਤਾ ਤੁਸੀਂ ਇੱਥੇ ਆ ਕੇ ਦੁਬਾਰਾ ਸਕੂਲੇ ਦਾਖਲ ਹੋਏ ਸੀਗੇ ਹਾਂ ਬਿਲਕੁਲ ਭਾਈ ਅਸੀਂ ਉੱਥੇ ਕਿਹੜੇ ਅਸੀਂ ਸਰਟੀਫਿਕੇਟ ਚੱਕੇ ਜੀ ਅਸੀਂ ਕਿਹੜੇ ਲਿਆ ਵੈਸੇ ਘਰੋਂ ਜਾਨ ਲੈ ਕੇ ਨਿਕਲਿਆ ਕਰੋ ਅਸੀਂ ਜੇ ਇੱਥੇ ਆ ਗਏ ਨਾ ਸਾਨੂੰ ਫਿਰ ਐਲਾਨ ਹੋਇਆ ਸੀ ਇੱਥੇ ਪਿੰਡ ਕਿ ਜਿਹੜੇ ਬੱਚੇ ਪੜ੍ਹਦੇ ਨਾ 47 ਜੇ ਬੋਰਡ ਕਰਨ 347 ਪ੍ਰਾਇਮਰੀ ਲੋਅਰ ਪ੍ਰਾਇਮਰੀ ਸੀ ਇਹ ਉਰਦੂ ਹੁੰਦਾ ਸੀ ਅੰਗਰੇਜ਼ੀ ਨਹੀਂ ਸੀ ਹੁੰਦੀ ਲੋਅਰ ਪੈਣੀ ਫਿਰ ਅਸੀਂ ਜਨਾਬ ਇੱਥੋਂ ਮੈਂ ਕਈ ਯਾਰ ਕਮਾਲ ਦੀ ਰਫੀ ਆ ਸਾਰੇ ਇੱਥੇ ਜਿਹੜੇ ਮੇਰੇ ਕਲਾਸਮੇਟ ਸੀ ਗਏ ਉਹਨਾਂ ਨੇ ਫਿਰ ਸਾਨੂੰ ਨਾ ਪੁੱਛਿਆ ਵੀ ਤੁਸੀਂ ਕਿੰਨਵੀਂ 'ਚ ਪੜ੍ਹਦੇ ਸੀ ਅਸੀਂ ਕਹਿ ਜੀ ਅਸੀਂ ਚੌਥੀ 'ਚ ਪੜ੍ਹਦੇ ਫਿਰ ਚੌਥੀ ਦੇ ਸਵਾਲ ਜਮਾਤ ਫਰੀ ਜਮਾਤ ਫਰੀ ਹਾਂ ਸਲੇਟ ਦੇ ਸੀ ਸਲੇਟੀਆਂ ਸਲੇਟ ਹੁੰਦੀ ਸੀ ਉਹ 'ਤੇ ਸਾਨੂੰ ਸਵਾਲ ਉਹਨੇ ਬਾਹਰ ਕੱਢੇ ਫਿਰ ਅਸੀਂ ਜੇ ਕਿਤਾਬ ਪੜ੍ਹਾਈ ਉਹ ਫਿਰ ਉਹ ਜਿਹਨੇ ਪੜ੍ਹਤਾ ਠੀਕ ਆ ਜਿਹੜੇ ਨੇ ਕਹਿੰਦਾ ਨਹੀਂ ਉਹਨੇ ਇੱਕ ਤਰ੍ਹਾਂ ਪਿੱਛੇ ਉਹਨੇ ਇੱਦਾਂ ਦਾਖਲ ਹੋਏ ਜੀ ਕਿੰਨੀ ਤੱਕ ਪੜ੍ਹੇ ਤੁਸੀਂ ਇੱਥੇ ਇੱਥੇ ਮੈਂ ਮਿਡਲ ਤੱਕ ਪੜ੍ਹਿਆ ਜੀ ਫਿਰ ਤੁਹਾਡਾ ਵਿਆਹ ਕਿੰਨੀ ਉਮਰ 'ਚ ਹੋਇਆ ਸੀਗਾ ਸਨ 61 ਜੀ 31 ਅਗਸਤ 1961 ਜਾਂ 31 ਮਾਰਚ 1961 ਮੈਨੂੰ ਯਾਦ ਹੈ ਉਦੋਂ ਸੋਨਾ 107 ਰੁਪਏ ਤੋਲਾ ਸੋਨਾ ਬਰਾਤ ਇੱਥੋਂ ਗਈ ਸੀ ਅਸੀਂ ਗੱਡੀ 'ਚ ਗਏ ਜੀ ਟ੍ਰੇਨ 'ਤੇ ਟੱਬਾਂ ਵਾਲੇ ਸ਼ਰਸ਼ਮੀਰ ਜਾ ਕੇ ਉੱਧਰ ਉੱਥੋਂ ਫਿਰ ਉਹਨਾਂ ਨੇ ਉੱਥੋਂ ਗੱਡੇ ਗੁੱਡੇ ਗਏ ਸੀ ਨਾਲ ਹੀ ਪਿੰਡ ਥੋੜ੍ਹੀ ਦੂਰ 47 ਹੈ ਇੱਥੋਂ ਇੰਨੀ ਦੂਰ ਦਾ ਪਿੰਡ ਉਹ ਜ਼ਿਆਦਾ ਉਹ ਥੋੜ੍ਹਾ ਜਿਹਾ ਅੱਖਾਂ ਤੋਂ ਨਜ਼ਰ ਨਹੀਂ ਆਉਂਦਾ ਬਸ ਉਹਨਾਂ ਮੋਤੀਆ ਉਤਰਿਆ ਕਾਲਾ ਬੜਾ ਆਪਣੀ ਖੇਤੀ ਕਰਦੇ ਰਹੇ ਸੀ ਮੈਂ ਕਰਦਾ ਸੀ ਮੇਰੇ ਮੇਰੇ ਨਾਲ ਬੜੀ ਮਦਦ ਕਰਾਉਂਦੀ ਸੀ ਹੁਣ ਅੱਜ ਕੱਲ੍ਹ ਤਾਂ ਨਹੀਂ ਉਹ ਗੱਲ ਆ
ਘੜਿਆਂ 'ਚ ਪਾਣੀ ਘੜਿਆਂ 'ਚ ਲਿਆਉਣਾ, ਫਿਰ ਨਹਿਰ ਮਰ ਜਾਣੀ, ਫਿਰ ਉਹ ਕਦੇ ਉਹ ਉੱਥੇ ਹੁੰਦਾ ਸੀ ਖਾਣ ਲਿਆ ਰੁਕਦੇ ਉੱਥੇ ਟਿੱਗੀ ਉੱਥੋਂ ਲਿਆਉਣਾ, ਉਹ ਡੱਬਾ ਵਾਲੇ ਹੁੰਦਾ ਸੀ ਖੂਹੀ ਕ ਉੱਥੋਂ ਪਾਣੀ ਲਿਆਉਣਾ ਘੜਿਆਂ 'ਤੇ ਘੜਿਆਂ 'ਤੇ ਲਿਆਉਣਾ। ਹੁਣ ਤਾਂ ਗੱਲ ਹੀ ਨਹੀਂ ਦਿੱਤੇ। ਮੈਂ ਚਾਰ ਲੜਕੇ ਜੀ ਮੇਰੇ, ਚਾਰ ਲੜਕੇ ਜੀ, ਬੜਾ ਲੜਕਾ ਮੇਰਾ ਉਹ ਸ਼ੋਰਕੋਟ ਬੜਾ ਜੀ ਦੁਕਾਨ ਲਗਾਇਆ, ਸਬਜ਼ੀ ਮੰਡੀ ਦੁਕਾਨ, ਸਿਰ ਤਿੰਨ ਦੁਕਾਨਾਂ ਸਾਡੀਆਂ ਉੱਥੇ, ਅਤੇ ਉੱਥੇ ਕਰਦਾ ਸੀ। ਹੁਣ ਉਹ ਬਹੁਤ ਹੋ ਗਿਆ, ਉਹਦੀ ਬਗੈਰ ਸਾਨੂੰ ਕਾਰ ਬਾਹਰ ਗਈ, ਅਤੇ ਉਹਦਾ ਲੜਕਾ ਹੋ ਕਰ ਉਹਦੇ ਚਾਰ ਬੇਟੇ ਆ ਮੇਰੇ, ਚਾਰ ਬੇਟੇ ਸੀ, ਬੜਾ ਉਹ ਸੀ ਛੋਟਾ ਸੂਦੀ ਅਰਬ ਆ, ਉਹ ਤੋਂ ਛੋਟਾ, ਉਹ ਤੋਂ ਛੋਟਾ ਇੱਥੇ ਆ ਮੇਰੇ ਕੋਲ, ਇੱਥੇ ਖੇਤੀ ਕਰਦਾ, ਉਹ ਤੋਂ ਛੋਟਾ ਉੱਥੇ ਹੈਗਾ। ਸਤਿੰਦਰ ਪਾਲ ਮੇਰੇ ਮੇਰਾ ਹਾਣੀ ਸੀ, ਇਹ ਮੈਨੂੰ ਯਾਦ ਹੈ ਕਿ ਮੈਂ ਮੇਰਾ ਭਾਈ ਲੰਡਨ 'ਚ ਨਾ, ਉਹ ਇਹ ਜਿਵੇਂ ਇੱਥੇ ਹੁਣ ਲੋਕ ਜਾਂਦੇ ਨੇ, ਉਦੋਂ ਉੱਥੇ ਦੀ ਪੈਦਾਇਸ਼ ਆ ਲੜਕੀ ਦੀ ਲੰਡਨ ਦੇ, ਇੱਥੋਂ ਬੱਚਾ ਤਾਂ ਜਾ ਸਕਦੀ ਆ ਆਪ ਸ਼ਾਦੀ ਕਰਕੇ, ਇਹ ਤਾਂ ਹੁਣ ਹੈ ਨਾ, ਅੱਗੇ ਨਹੀਂ ਸੀ ਇਹ, ਅੱਗੇ ਵੀ ਸੀਗਾ ਉਹ, ਅੱਗੇ ਹੋਰ ਤਰ੍ਹਾਂ ਦੀ ਹੋਰ ਦਾ ਹੋ ਗਿਆ। ਹੁਣ ਉਹਨੇ ਉੱਥੇ ਪ੍ਰੇਮ ਨਾਥ, ਉਹਦਾ ਸਤਿੰਦਰ ਪਾਲ ਦਾ ਭਾਈ, ਉੱਥੇ ਸਰਲ ਦੇਵੀ ਸੀ ਉਹਦੀ, ਬੰਸੀ ਰਾਮ ਦੀ ਲੜਕੀ ਬੜੀ, ਉਹ ਉੱਥੇ ਉਹਦੀ ਸ਼ਾਦੀ ਹੋਈ। ਉੱਥੇ ਵੀ ਜਾਂਦੇ ਸੀ ਸਾਡੇ ਕੀਨੀਆਂ 'ਚ ਬਹੁਤ ਲੋਕ ਗਏ ਨੇ ਹੀਰਾ ਤੋਂ, ਹਿੰਦੂ ਵੀ ਗਏ ਨੇ ਉੱਥੇ, ਹਿੰਦੂ ਵੀ ਗਏ ਨੇ ਉੱਥੇ ਬਹੁਤ ਕੀਨੀਆਂ ਨਿਰੋਬੀ। ਅਤੇ ਉਹ ਮੇਰਾ ਭਾਈ ਦੱਸਦਾ ਕਹਿੰਦਾ ਮੈਂ ਉਹ ਪ੍ਰੇਮ ਨਾਥ ਜਦੋਂ ਗਿਆ ਨਾ ਉੱਥੇ, ਕਹਿੰਦਾ ਤੁਹਾਡਾ ਪੁੱਛਦਾ ਸੀ ਯਾਰ ਮੇਰੇ ਭਾਈ ਨਾਲ, ਜਿਹੜਾ ਤੇਰਾ ਭਾਈ ਪੜ੍ਹ ਲੈਂਦਾ ਅਮੀਨ, ਅਤੇ ਉਹ ਹੈਗਾ? ਉਹਨੇ ਕਿਹਾ ਹਾਂ ਜੀ ਹੈਗਾ। ਉਹਨੇ ਕਿਹਾ ਯਾਰ ਮੇਰਾ ਭਾਈ ਪੜ੍ਹਦਾ ਸਤਿੰਦਰ ਪਾਲ, ਉਹਦੇ ਨਾਲ। ਉਹਨੇ ਕਿਹਾ ਉਹ ਹੈ? ਕਹਿੰਦਾ ਹਾਂ ਹੈ। ਕਹਿੰਦਾ ਅੱਛਾ ਯਾਰ, ਫਿਰ ਬੜੀ ਉੱਥੇ ਸ਼ਾਦੀਆਂ ਦੇ ਇੱਕ ਦੂਜੇ ਨੂੰ ਮਿਲਾਉਂਦੇ ਨਹੀਂ ਨਾ, ਉਹ ਸਾਡੇ ਪਿੰਡ ਦੀ ਹੀਰਾਂ ਦੀ ਸੀ ਨਾ ਉਹ, ਸਰ ਲੋ ਬੰਸੀ ਰਾਮ ਦੀ ਕੁੜੀ, ਉੱਥੇ ਉਹਦਾ ਹੋਇਆ ਸੀ, ਉੱਥੇ ਚਲੀ ਗਈ ਸੀ ਕਿੰਨੀਆਂ, ਬਹੁਤ ਗਏ ਨੇ ਸਾਡੇ ਪਿੰਡ ਲੋਕ। ਹੁਣ ਇਹਨਾਂ ਦੇ ਬੱਚਿਆਂ ਨੂੰ ਤਾਂ ਪਤਾ ਨਹੀਂ ਨਾ, ਮੈਨੂੰ ਤਾਂ ਪਤਾ ਬਹੁਤ ਦੁਨੀਆਂ ਗਈ ਉਹ, ਬਹੁਤ ਮੇਰੇ ਉਹ ਕਿਤਾਬ ਪਈ ਹੈ, ਤੁਹਾਨੂੰ ਮੈਂ ਦਿਖਾਵਾਂਗੇ ਜੋ ਤੁਸੀਂ ਕਿਤਾਬ ਦੇਖੋ, ਜਿੰਨੇ 102 ਖਾਨਦਾਨ, 102 ਖਾਨਦਾਨ ਸਾਡੇ ਭਾਗਬੜਾ ਜਗਾਏ ਵਾਲੇ ਪਿੰਡ ਫਾਗ, ਉਹ ਸਾਰੇ ਉਹਦੇ ਵਿੱਚ ਉਹਨਾਂ ਦੀ ਫੋਟੋ, ਉਹ ਜਿਹੜੇ ਲਿਖਿਆ ਮੁਸੰਨਫਾ ਮੁਹੰਮਦ ਅਸਲਮ, ਸਾਡਾ ਰਿਸ਼ਤੇਦਾਰ ਆ, ਉਹ ਮੇਰੇ ਕੋਲ ਇੱਥੇ ਉਹਨਾਂ ਦਾ ਹੀ ਪੁੱਛਦਾ ਹੁੰਦਾ ਸੀ, ਉਹ ਮੇਰੇ ਕੋਲ ਕਿਤਾਬਾਂ ਪੜ੍ਹਦਾ ਹੁੰਦਾ, ਮੇਰੇ ਕੋਲ ਬੜੀ ਬਹੁਤ ਬੜੀ ਕਿਤਾਬ ਆ, ਉਹਦੇ ਵਿੱਚ ਸਾਰੇ ਉਹਨਾਂ ਦੀ ਹਿਸਟਰੀ, ਕਿੱਥੋਂ ਗਏ, ਕਿਵੇਂ ਹੋਇਆ, ਕਿਸ ਤਰ੍ਹਾਂ ਜਾ ਕੇ ਉੱਥੇ ਰਹੇ, ਕਿੱਦਾਂ, ਹਰ ਚੀਜ਼ ਉਹ 'ਚ ਲਿਖੀ ਆ ਪੂਰੀ ਹਿਸਟਰੀ। ਅਤੇ ਉਹ ਮੈਂ ਪੜ੍ਹਦਾ ਹੁੰਦਾ, ਅਤੇ ਉਹਦੇ 'ਚ ਉਹ ਹਿੰਦੂ ਵੀ ਗਏ ਨੇ, ਲੇਕਿਨ ਉਹ ਹਿੰਦੂ ਨਹੀਂ ਉਹਨੇ ਲਿਖਿਆ, ਉਹਨੇ ਜਿਹੜੇ ਸਾਡੇ ਇਲਾਕੇ 'ਚ ਗਏ ਨਾ, ਭਾਗਵੜਾ ਹੋਇਆ, ਪਰੇ ਗੌਸਗੜ ਇੱਕ ਆਪਣਾ ਪਿੰਡਾਂ ਦੇ ਨਾਲ ਆਏ, ਜਲੰਧਰ ਦੇ ਆਏ, ਸਾਰੇ ਦੇ ਉਹਨੇ ਮਿੱਠ ਲਿਖੇ ਨੇ ਉਹਨੇ, ਅਤੇ ਉਹ ਉਦੋਂ ਉੱਥੇ ਗਏ, ਉਹਨੇ ਪੁੱਛਿਆ ਪ੍ਰੇਮ ਨਾਥ ਨੇ, ਪ੍ਰੇਮ ਨਾਥ ਨੇ ਪੁੱਛਿਆ ਯਾਰ ਤੇਰਾ ਭਾਈ, ਉਹ ਕਹਿੰਦਾ ਹਾਂਜੀ ਹੈਗੇ, ਅਤੇ ਉਹਨੇ ਪੁੱਛਿਆ ਵੀ ਤੇਰਾ ਭਾਈ ਸਤਿੰਦਰ ਪਾਲ, ਉਹਨੇ ਕਿਹਾ ਹਾਂਜੀ ਹੈ। ਹੁਣ ਮੇਰੇ ਦੇਖੋ ਜੀ, ਕਲਾਸ ਫੈਲੋ ਤਾਂ ਬੰਦੇ ਨੂੰ ਨਹੀਂ ਭੁੱਲਦੇ, ਇੱਕ ਸੁਣੋ ਹੁਣ ਮੇਰੀ ਗੱਲ, ਇੱਕ ਕਲਾਸ ਫੈਲੋ, ਇੱਕ ਜਿਹੜੇ ਨਾਲ ਟ੍ਰੇਨਿੰਗ ਕੀਤੀ ਆ 5 ਮਹੀਨੇ ਅਸੀਂ, 5.5 22 ਹਫ਼ਤੇ ਫੌਜ ਦੀ ਟ੍ਰੇਨਿੰਗ ਕੀਤੀ ਆ ਨਾ ਜਿਹਨੇ ਅਸੀਂ, ਉਹ ਕਦੇ ਨਹੀਂ ਭੁੱਲਦੇ ਜੋ ਮਰਜ਼ੀ ਕਰ ਲਓ, ਕਿਉਂਕਿ 5.5 ਮਹੀਨੇ ਥੋੜ੍ਹਾ ਜਿਹਾ ਅਰਸਾ ਨਹੀਂ, ਫਿਰ ਇਕੱਠੇ ਰਹਿਣਾ, ਇੱਕ ਬਾਰ ਕਿਤੇ ਰਹਿਣਾ, 25 ਲੜਕਿਆਂ ਦਾ ਸਕਾਡ ਹੁੰਦਾ ਜਿਹੜਾ ਮਤਲਬ ਆਕਾ ਟ੍ਰੇਨਿੰਗ ਕਰ ਦਿੰਦੇ ਇਕੱਠੇ। ਅਤੇ ਇਸ ਪਿੰਡ ਨੂੰ ਡੱਬਾਂ ਵਾਲਾ ਸਟੇਸ਼ਨ ਲੱਗਦਾ ਵਾ, ਅਤੇ ਇਹਦੇ ਨਾਲ ਹੀ 298 ਹੈ, 346 ਹੈ ਚੱਕ ਕਰਮੋ ਵਾਲੀ, 298 ਚੱਕ, 301 ਗੁਰਦਾਸਪੁਰ,